ਉੱਥੇ ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਉੱਥੇ ਉਸ ਜੇਲ੍ਹ ਦੇ ਵਿੱਚ ਸੀਗੇ। ਮੈਂ ਜਾ ਕੇ ਕੰਦਲਿਆਂ ਨੂੰ ਹੱਥ ਪਾ ਗਿਆ, ਫਤਿਹ ਬੁਲਾਈ, ਸਾਹਮਣੇ ਇਹਨਾਂ ਦਾ ਖੱਡਾ ਹੁੰਦਾ। ਸਾਡਾ ਉਸ ਜੰਗ 'ਚ ਮਾਰਿਆ ਨਾ ਜਾਣਾ ਸਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਗਈ। ਜਿਨ੍ਹਾਂ ਦੇ ਘਰ ਨੇ, ਘਾਟ ਨੇ, ਵੱਡੀਆਂ ਚੀਜ਼ਾਂ ਦੇ ਮਾਲਕ ਨੇ, ਉਹ ਪੰਥ ਸਾਡੇ ਜੀਵ ਹੀ ਮਾਰਤੇ, ਸਾਡੇ ਪਰਿਵਾਰਾਂ ਦੇ, ਸਾਡੇ ਘਰਾਂ ਦੇ ਘਰ ਉਜਾੜ ਦਿੱਤੇ, ਸਾਡੇ ਲੋਕਾਂ ਦੇ ਚਾਰ ਚਾਰ ਜੀ ਇੱਕੋ ਇੱਕ ਘਰ ਦੇ ਸ਼ਹੀਦ ਕੀਤੇ, ਸਾਡੀਆਂ ਮਾਵਾਂ ਸ਼ਹੀਦ ਕਰਤੀਆਂ, ਭੈਣਾਂ ਕਰਤੀਆਂ, ਸਾਡੀਆਂ ਭੈਣਾਂ ਨੂੰ ਨੰਗਿਆਂ ਕਰਕੇ ਇਹਨਾਂ ਨੇ ਕੁੱਟਿਆ। ਕਦੇ ਵੀ ਇਹਦਾ ਜਥੇਦਾਰ ਨੂੰ ਨਹੀਂ ਇਨਸਾਫ ਦਵਾ ਸਕੇ। 25 ਸਾਲ ਫੈਲ ਦਬੀ ਰਹੀ, ਪੰਥਕ ਸਰਕਾਰ ਵੀ ਆਈ, 32 ਸਾਲ ਬੀਤ ਚੁੱਕੇ ਨੇ, ਹੁਣ ਮੁੱਦਾ ਸਾਡਾ ਜਥੇਦਾਰ ਜੇ ਸਾਡੇ ਤੋਂ ਪਾਸੇ ਹੁੰਦਾ, ਸਾਡੀ ਕੌਮ ਦੀ ਹਾਮੀ ਨਾ ਭਰਦਾ, ਸਾਡੇ ਸ਼ਹੀਦਾਂ ਦੀ ਹਾਮੀ ਨਾ ਭਰਦਾ ਹੁੰਦਾ, ਸਟੇਟ ਦੀ ਹਾਮੀ ਭਰਦਾ ਹੁੰਦਾ ਅਤੇ ਜਿਉਂਦਾ ਹੁੰਦਾ, ਜੇ ਉਦੋਂ ਪਤਾ ਹੁੰਦਾ ਵੀ ਸਵਰਨ ਸਿੰਘ ਘੋਟਣੇ ਨੇ ਹੀ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ, ਤਾਂ ਬਿਲਕੁਲ ਉਹ ਮਾਰਿਆ ਜਾ ਸਕਦਾ ਸੀ। ਜਿੰਨਾ ਚਿਰ ਸਵਰਨ ਘੋਟਣੇ ਦੀਆਂ ਪੀੜ੍ਹੀਆਂ ਰਹਿਣਗੀਆਂ, ਉਹ ਦੇਣ ਦੇਣ ਰਹਿਣਗੀਆਂ ਪੰਥ ਅਤੇ ਗਦਾਰ ਵਜੋਂ ਉਹਨਾਂ ਦਾ ਨਾਂ ਆਉਂਦਾ ਹੀ ਰਹੂਗਾ। ਕਹਿੰਦੇ ਜੇਕਰ ਉਹ ਫਾਈਲ ਖੁੱਲ੍ਹਦੀ ਆ, ਰਿਪੋਰਟ ਖੁੱਲ੍ਹਦੀ, ਅੱਜ ਵੀ ਕਈ ਅਫਸਰ ਜਾਂਦੇ ਨੇ, ਤਾਂ ਉਹਨਾਂ ਨੂੰ ਸਜ਼ਾ ਹੋ ਸਕਦੀ? ਬੜੀ ਮੁਸ਼ਕਲ ਗੱਲ ਆ। ਜਿਹੜੇ ਲੋਕਾਂ ਨੂੰ ਬਾਦਲ, ਮੁੱਖ ਮੰਤਰੀ ਬਾਦਲ ਗਿਆ, ਮਰ ਗਿਆ, ਹੁਣ ਸੰਸਾਰ ਤੋਂ ਚਲੇ ਗਿਆ, ਉਸ ਬੰਦੇ ਨੇ ਇਹ ਗੱਲ ਲੋਕਾਂ ਨਾਲ ਕਹੀ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇੱਥੇ ਤਗਮੇ ਲਏ ਨੇ ਸਾਡੇ ਮੁੰਡੇ ਮਾਰ ਕੇ, ਅਸੀਂ ਇਨਸਾਫ ਕਰਾਂਗੇ ਆਪਣੀ ਕੌਮ ਨਾਲ, ਅਤੇ ਆਉਣ ਸਾਰ ਉਹਨਾਂ ਨੇ ਕੀ ਕੀਤਾ, ਇਜ਼ਹਾਰ ਆਲਮ ਨੂੰ ਆਪਣੀ ਪਾਰਟੀ 'ਚ ਲਿਆ, ਉਹਨਾਂ ਨੂੰ ਟਿਕਟ ਦਿੱਤੀ, ਅਹੁਦੇ ਤਾਂ ਦਿੱਤੇ ਹੀ ਦਿੱਤੇ, ਚਲੋ ਜੋ ਵੀ ਸੀ, ਕਿ ਇਜ਼ਹਾਰ ਆਲਮ ਨਾਭੇ ਦੀ ਜੇਲ੍ਹ 'ਚ ਜਾਂਦਾ। ਕਿਹਦੇ ਵੱਲੋਂ ਜਾਂਦਾ? ਅਕਾਲੀਆਂ ਵੱਲੋਂ ਜਾਂਦਾ। ਸੈਂਟਰ ਅਤੇ ਅਕਾਲੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਜ਼ਹਾਰ ਆਲਮ ਜੇਲ੍ਹ ਦੇ ਵਿੱਚ ਜਾਂਦਾ, ਅਤੇ ਜੇਲ੍ਹ ਦੇ ਵਿੱਚ ਜਾ ਕੇ ਸਾਡੇ ਨਾਲ ਉਹ ਗੱਲ ਕਰਦਾ ਵੀ ਤੁਸੀਂ ਜੇ ਤੁਹਾਨੂੰ ਤੁਸੀਂ ਇਹ ਕਹੋ ਕਿ ਅਸੀਂ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਹਾਂ, ਇਜ਼ਹਾਰ ਆਲਮ ਤੁਹਾਡੇ ਨਾਲ ਗੱਲਬਾਤ? ਹਾਂਜੀ ਹਾਂ ਬਿਲਕੁਲ, ਮੈਂ ਇਕੱਲਾ ਨਹੀਂ ਹੈਗਾ, 'ਚ ਮੈਂ 50 ਬੰਦੇ ਗਵਾਹ ਨੇ, 'ਚ ਇਕੱਲਾ ਨਹੀਂ ਮੈਂ ਹੈ। ਬਾਦਲ ਨੇ ਭੇਜੇ? ਹਾਂਜੀ ਹਾਂਜੀ ਬਿਲਕੁਲ, ਸਰਕਾਰ ਸੀ ਇਹਨਾਂ ਦੀ, ਤਾਂ ਤੁਸੀਂ ਹਾਂਜੀ ਸਰਕਾਰ ਦੀ, ਜੇ ਉਹ ਚਿੱਠੀ 'ਤੇ ਸਾਈਨ ਕਰ ਦਿੰਦੇ ਤਾਂ ਉਹ ਬਦਾਵਾ ਹੋਣਾ ਸੀ ਪੰਥ ਨੂੰ, ਫਿਰ ਉੱਥੇ ਅਸੀਂ ਸਾਈਨ ਕਰਨੇ ਆਣ ਵੀ ਅਕਾਲ ਤਖਤ ਸਾਹਿਬ 'ਤੇ ਹਮਲਾ ਵੀ ਸਹੀ ਹੋਇਆ, ਅਸੀਂ ਉਹ ਗਲਤ ਲੜਾਈ ਲੜੀ। ਚਿੱਠੀ ਦੇ ਵਿੱਚ ਹੈਗੀ ਸੀ ਗੱਲ ਇਹ? ਉਹ ਤਾਂ ਇਤਿਹਾਸ ਦਾ ਪੰਨਾ ਬਣ ਜਾਣੀ ਨਾ ਜਦੋਂ ਅਸੀਂ ਇਹ ਗੱਲ ਕਹਿੰਦੇ ਵੀ ਅਸੀਂ ਗਲਤ ਧਾਰਾ ਸੀ, ਅਤੇ ਜੇ ਅਸੀਂ ਗਲਤ ਧਾਰਾ ਸੀ ਤਾਂ ਫਿਰ ਅਕਾਲ ਤਖਤ 'ਤੇ ਹਮਲਾ ਸਹੀ ਹੋਇਆ। ਉਹੀ ਗੱਲ ਉਹਨਾਂ ਨੇ ਫਿਰ ਕਿੰਨੇ ਸਾਲਾਂ ਬਾਅਦ ਭਾਈ ਬਲਵੰਤ ਸਿੰਘ ਨੂੰ ਕਿੱਥੋਂ ਕਿੱਥੇ ਚਲੇ ਗਏ ਨੇ, ਜੇਲ੍ਹ 'ਚੋਂ ਪਾਰਲੀਮੈਂਟ ਤੱਕ, ਇੰਨਾ ਅੱਗੇ ਵੱਧ ਗਏ ਨੇ, ਪਾਰਲੀਮੈਂਟ 'ਚ ਖੜ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਮਾਫ਼ੀ ਮੰਗੋ। ਤੁਹਾਡੀ ਆਮਦਨ ਨੂੰ ਵੀ ਲੈ ਕੇ ਸਵਾਲ ਹੁੰਦੇ ਨੇ, ਕੀ ਸੋਰਸ ਕੀ ਆ? ਮੇਰੇ ਕੋਲ 13 ਕੁ ਲੱਖ ਦੀ ਗੱਡੀ ਆ, ਬਹੁਤ ਮਹਿੰਗਾ ਮੇਰੇ ਕੋਲ ਫੋਨ, ਅਗਲਾ ਵੇਖ ਕੇ ਮੈਂ ਲੋਕਾਂ ਨੂੰ ਕਹਿਣਾ ਵੀ ਮੇਰਾ ਫੋਨ ਇੰਨੇ ਦਾ, ਅਗਲਾ ਵੀ ਇੰਨਾ ਮਹਿੰਗਾ ਫੋਨ ਲਈ ਫਿਰਦੇ, ਮੈਂ ਗੱਡੀ ਕਿੱਥੋਂ ਪੈਸੇ ਆਉਂਦੇ ਨੇ? ਵੀ ਸਾਡੇ ਪਿੱਛੇ ਇੱਕ ਪੰਥ ਖੜਾ ਆ, ਸਾਡੇ ਪਿੱਛੇ ਬਹੁਤ ਵੱਡੀ ਤਾਕਤ ਆ, ਜਿਹੜੇ ਸਾਡੇ ਬੰਦੇ ਬਾਹਰ ਰਹਿੰਦੇ ਨੇ ਉਹ ਸਾਡਾ ਖਿਆਲ ਰੱਖਦੇ ਨੇ, ਸਾਨੂੰ ਉਹ ਪੈਸੇ ਦਿੰਦੇ ਨੇ, ਇਹ 'ਚ ਮੈਂ ਬਿਲਕੁਲ ਨਹੀਂ ਮੁੱਕਰਦਾ। ਇੱਥੋਂ ਫਿਰ ਕਹਾਣੀ ਸ਼ੁਰੂ ਹੁੰਦੀ ਹੈ, ਇੱਥੋਂ ਫਿਰ ਮੈਨੂੰ ਲੈ ਕੇ ਜਾਂਦੇ ਆ ਸੰਗਰੂਰ ਜੇਲ੍ਹ 'ਚ, ਨਾਭੇ ਲੈ ਜਾਂਦੇ ਆ, ਨਾਭੇ ਵਾਲੇ ਰੱਖਦੇ ਨਹੀਂ ਹੈਗੇ, ਸੰਗਰੂਰ ਲੈ ਜਾਂਦੇ ਆ, ਸੰਗਰੂਰ ਜੇਲ੍ਹ 'ਚ ਛੱਡ ਆਉਂਦੇ ਆ। ਉੱਥੇ ਫਿਰ ਜਿਹੜੀ ਬੈਰਕ 'ਚ ਅਸੀਂ ਸੀ ਉੱਥੇ ਲੌਂਗੋਵਾਲ ਵਾਲੇ ਸੀਗੇ ਸਿੰਘ ਆਪਣੇ, ਪਿੱਛੇ ਜੇ ਇੱਕ ਸਿੰਘ ਸਾਡਾ ਪੂਰਾ ਵੀ ਹੋ ਗਿਆ, ਹੁਣ ਚੜ੍ਹਾਈ ਕਰ ਗਿਆ, ਅਤੇ ਉੱਥੇ ਮੈਨੂੰ ਤਕਲੀਫ ਬਹੁਤ ਸੀਗੀ ਵਾਸ਼ਰੂਮ ਕਰਨ 'ਚ, ਕਰੰਟ ਕਰੂੰਟ ਇਹਨਾਂ ਨੇ ਇੱਦਾਂ ਲਾਇਆ, ਅਤੇ ਉੱਥੇ ਭਾਈ ਨਛੱਤਰ ਸਿੰਘ ਰੋਡੇ ਅਤੇ ਭਾਈ ਗੁਰਦੇਵ ਸਿੰਘ ਕੌਂਕੇ ਉੱਥੇ ਉਸ ਜੇਲ੍ਹ ਦੇ ਵਿੱਚ ਸੀਗੇ। ਅਤੇ ਕਿਹੜੇ ਦਿਨ, ਕਿੰਨੀ ਤਰੀਕ ਸੀ, ਮਾੜੇ ਮੋਟੇ ਅੰਦਾਜ਼ਾ ਜਿਹਾ? ਮੈਨੂੰ ਇਸ ਤਰ੍ਹਾਂ ਨਹੀਂ ਯਾਦ ਜੀ ਕੁਛ ਵੀ ਹੋਣਾ, ਮੈਂ ਤੁਹਾਨੂੰ ਕਹਾਂ ਪੁਰਾਣੀ ਗੱਲ, ਇੰਨਾ ਮੈਨੂੰ ਪਤਾ ਵੀ ਮਤਲਬ ਕਿ ਸਿਆਲ ਸੀਗਾ, ਠੀਕ, ਠੰਡ ਸੀ, ਅਤੇ ਉੱਥੇ ਉਹ ਇਹਨਾਂ ਤੋਂ ਨਾ ਡਰਦੇ ਬਹੁਤ ਸੀ ਲੋਕ, ਜਿਹੜੇ ਸਾਡੇ ਬੰਦੇ ਹੈ ਨਾ, ਭੈ ਬਹੁਤ ਸੀਗਾ ਭਾਈ ਗੁਰਦੇਵ ਸਿੰਘ ਕੌਂਕੇ,
ਜਾਂਦਾ ਨਹੀਂ ਕੁਝ। ਅਤੇ ਮੈਂ ਛੋਟੇ ਹੁੰਦਿਆਂ ਨਾ, ਜਿੱਦਾਂ ਬਰੇਵ ਹੁੰਦਾ ਬੰਦਾ ਵੀ ਕਿਸੇ ਗੱਲ 'ਚ ਜਾ ਕੇ ਸਿੱਧਾ ਜਾਣਾ, ਮੈਂ ਜਾ ਕੇ ਕੰਦਲਿਆਂ ਨੂੰ ਹੱਥ ਪਾ ਕੇ ਫਤਿਹ ਬੁਲਾਈ, ਸਾਹਮਣੇ ਇਹਨਾਂ ਦਾ ਖੱਡਾ ਹੁੰਦਾ ਸੀ, ਜਿਹੜੇ ਬੰਦਿਆਂ ਨੂੰ ਪਤਾ ਵੀ ਉਹ ਰਹੇ ਨੇ ਉਹਨਾਂ ਨੂੰ ਪਤਾ ਸਾਹਮਣੇ ਹੁੰਦਾ ਸੀ, ਅਤੇ ਇਹ ਪਿੱਠ ਕਰਕੇ ਬੈਠੇ ਸੀ, ਫਤਿਹ ਬੁਲਾਈ ਜਾ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਦਾ ਜਵਾਬ ਫਤਿਹ 'ਚ ਦਿੱਤਾ ਉਹਨਾਂ ਨੇ ਬੜਾ। ਅਤੇ ਮੈਂ ਕਿਹਾ ਜੀ ਮੇਰੀ ਬੇਨਤੀ ਹੈ ਇੱਕ, ਕਹਿੰਦੇ ਦੱਸੋ, ਮੈਂ ਕਿਹਾ ਮੇਰੀ ਅਰਦਾਸ ਕਰੋ ਤੁਸੀਂ, ਮੈਂ ਤਾਂ ਵਾਪਸ ਨਹੀਂ ਜਾਣਾ ਚਾਹੁੰਦਾ ਆਪਣੇ ਘਰ। ਮੈਨੂੰ ਕਹਿੰਦੇ ਵੀ ਤੂੰ ਆਪਣੀ ਅਰਦਾਸ ਆਪ ਕਰ, ਕੋਈ ਨਹੀਂ ਆਪਾਂ ਚੱਲਾਂਗੇ ਤੇਰੇ ਨਾਲ। ਸੰਗਰਾਂਦ ਸੀਗੀ, ਮੈਨੂੰ ਹੁਣ ਪਤਾ ਨਹੀਂ ਕਿਹੜੇ ਦਿਨ ਦੀ, ਉਹ ਸਾਡੇ ਕੋਲ ਸਮਾਂ ਹੁੰਦਾ ਵੀ ਸੰਗਰਾਂਦ ਵਾਲੇ ਦਿਨ ਉਹ ਸਾਰਿਆਂ ਨੂੰ ਲੈ ਆਉਂਦੇ ਉੱਥੇ, ਇੱਕ ਸਾਡੇ ਕੋਲ ਹੁੰਦਾ ਟਾਈਮ, ਅਤੇ ਸੰਗਰੂਰ ਜੇਲ੍ਹ ਦੇ ਵਿੱਚ ਉੱਥੇ ਫਿਰ ਮਨ ਹੀ ਮਨ ਉੱਥੇ ਅਰਦਾਸ ਕੀਤੀ ਜੀ, ਅਤੇ ਉਹ ਥੋੜ੍ਹੇ ਚਿਰ ਬਾਅਦ ਮੇਰੀ ਜਮਾਨਤ ਹੋ ਗਈ ਉੱਥੋਂ ਜੀ। ਪਰ ਮੇਰੇ ਮਨ ਜਦੋਂ ਮੈਂ ਬਾਹਰ ਆਇਆ ਮੈਨੂੰ ਪਤਾ ਲੱਗਾ ਵੀ ਭਾਈ ਗੁਰਦੇਵ ਸਿੰਘ ਕਿਉਂਕਿ ਕੌਣ ਆ, ਬਾਅਦ ਵਿੱਚ ਪਤਾ ਲੱਗਾ, ਉਦੋਂ ਨਹੀਂ ਪਤਾ। ਨਹੀਂ ਇਹ ਪਤਾ ਸੀ ਜਹੇਦਾਰ ਨੇ, ਪਰ ਉਹਦੀ ਸ਼ਖਸੀਅਤ ਅਤੇ ਹੈਸੀਅਤ ਦਾ ਨਹੀਂ ਸੀ ਪਤਾ, ਇੰਨਾ ਪਤਾ ਜਿਵੇਂ ਹੁਣ ਆਪਾਂ ਸਮਝਦੇ ਹਾਂ ਵੀ ਜਹੇਦਾਰ ਹਰਪ੍ਰੀਤ ਸਿੰਘ ਨੇ, ਪਰ ਹੁਣ ਤਾਂ ਪਤਾ ਨਾ ਵੀ ਉਹ ਕੀ ਨੇ, ਇਹ ਨਹੀਂ ਇੰਨਾ ਪਤਾ ਵੀ ਜਹੇਦਾਰ ਨੇ ਕਾਲ ਤੱਕ ਸਕਦੇ, ਪਰ ਇੰਨਾ ਨਹੀਂ ਪਤਾ ਵੀ ਇਹਨਾਂ ਹਸਤੀ ਕੀ ਆ, ਬੰਦੇ ਦੀ ਹਸਤੀ ਅਲੱਗ ਅਲੱਗ ਹੁੰਦੀ ਆ। ਬਾਹਰ ਆ ਕੇ ਜਦੋਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਆਪਣੇ ਬੰਦਿਆਂ ਨਾਲ ਮੈਂ ਭਾਈ ਗੁਰਦੇਵ ਸਿੰਘ ਕਹੂੰਗਾ, ਕਹਿੰਦੇ ਅੱਛਾ, ਉਹ ਚੁੱਪ ਹੀ ਕਰ ਗਏ, ਅਤੇ ਮੈਨੂੰ ਲੱਗਾ ਵੀ ਤਾਂ ਬਹੁਤ ਕੋਈ ਵੱਡੀ ਗੱਲ ਸੀ ਜਿਹੜੀ ਮੈਂ ਮਿਸ ਕਰ ਗਿਆ ਹੈ ਨਾ ਜੀ। ਫਿਰ ਮਿਲੇ ਸੀ ਕਿਸੇ ਗੱਲ 'ਚ, ਉਹ ਤਾਂ ਮਹਾਰਾਜ ਦੀ ਕੋਈ ਰਹਿਮਤ ਸੀ। ਕਿੰਨਾ ਵੱਡਾ ਨਾਮ ਸੀ ਉਦੋਂ ਭਾਈ ਗੁਰਦੇਵ ਸਿੰਘ ਕਿਉਂਕਿ ਦਾ? ਭਾਈ ਗੁਰਦੇਵ ਸਿੰਘ ਕਿਉਂਕਿ ਦਾ ਸਿੱਖ ਜਿਹੜੀ ਮੂਵਮੈਂਟ ਸੀਗੀ ਅਤੇ ਸਿੱਖ ਸੰਗਤ ਦੇ ਵਿੱਚ ਬਹੁਤ ਉੱਚਾ ਨਾ ਜੀ, ਸੈਂਕਿੰਡ ਨੰਬਰ ਸੀ ਸੰਤਾਂ ਤੋਂ, ਮਤਲਬ ਜੇ ਸੋਚਿਆ ਜਾਏ। ਅਤੇ ਖਾੜਕੂਆਂ ਦੇ ਮਨਾਂ ਦੇ ਵਿੱਚ ਜਿਹੜਾ ਭਾਈ ਗੁਰਦੇਵ ਸਿੰਘ ਕਿਉਂਕਿ ਦਾ ਨਾਂ ਸੀਗਾ, ਉਹ ਇੰਨਾ ਸਤਿਕਾਰ ਸੀਗਾ ਵੀ ਜਿਵੇਂ ਸੰਤਾਂ ਤੋਂ ਬਾਅਦ ਕਿਸੇ ਦਾ ਨਾਂ ਲਿਆ ਜਾਂਦਾ ਸੀਗਾ ਸਤਿਕਾਰ ਨਾਲ, ਅਤੇ ਮੇਰੇ ਖਿਆਲ ਨਾਲ ਉਹੀ ਸੀ। ਹੁਣ ਹੋ ਸਕਦਾ ਮੈਂ ਵੀ ਇੱਦਾਂ ਸੋਚਦਾ ਹਾਂ, ਅਤੇ ਇਸ ਗੱਲ ਮੇਰੇ ਮਨ 'ਚ ਸੀ ਵੀ ਮੈਂ ਉਸ ਹਸਤੀ ਨੂੰ ਇੱਕ ਵਾਰੀ ਮਿਲਣਾ, ਪਰ ਕੁਦਰਤੀ ਕੋਈ ਗੱਲ ਇੱਦਾਂ ਦੀ ਬਣੀ ਅਤੇ ਕਿਤੇ ਮੈਨੂੰ ਸਮਾਂ ਮਿਲ ਗਿਆ, ਸੁਭਾਗਾ ਮਿਲਣ ਦਾ ਵੀ ਮਿਲੇ, ਹੁਣ ਦੱਸਿਆ, ਅਤੇ ਉਦੋਂ ਬਾਅਦ ਫਿਰ ਨਹੀਂ ਕਦੇ ਵੀ ਮਿਲਿਆ, ਨਹੀਂ ਮਿਲਿਆ। ਫਿਰ ਮੁੜ ਕੇ ਉਹਨਾਂ ਨੂੰ ਸ਼ਹੀਦ ਕਰਤਾ ਜੀ, ਪਤਾ ਹੀ ਨਹੀਂ ਲੱਗਾ ਬਾਅਦ 'ਚ, ਤਾਂ ਹੁਣ ਇਹ ਤਾਂ ਪਤਾ ਲੱਗ ਗਿਆ ਸੀ ਵੀ ਉਹਨਾਂ ਨੇ ਸ਼ਹੀਦ ਕਰਤਾ, ਪਰ ਇਹ ਨਹੀਂ ਸੀ ਪਤਾ ਵੀ ਕਿਵੇਂ ਸ਼ਹੀਦ ਕੀਤਾ। ਉਦੋਂ ਬਾਅਦ 'ਚ ਦੁਬਾਰੇ ਤਾਂ ਨਹੀਂ ਤੁਹਾਨੂੰ ਪੁਲਿਸ ਨੇ ਚੱਕਿਆ ਜਦੋਂ ਜਮਾਨਤ ਹੋ ਜਾਂਦੀ ਇੱਕ ਵਾਰ ਤੁਸੀਂ ਜੇਲ੍ਹ 'ਚੋਂ ਬਾਹਰ ਆਏ? ਮੈਂ ਘਰ ਹੀ ਨਹੀਂ ਆਇਆ ਜੀ, ਘਰ ਆਉਂਦਾ ਤਾਂ ਚੁੱਕਦੇ, ਮੈਂ ਤਾਂ ਭੱਜ ਗਿਆ ਜੀ, ਭੱਜ ਗਿਆ। ਮੈਂ ਜੇਲ੍ਹ 'ਚੋਂ ਸੰਗਰੂਰ 'ਚੋਂ ਰਿਹਾ ਹੋ ਕੇ ਘਰ ਨਹੀਂ ਆਇਆ ਜੀ, ਆਪਾਂ ਤਾਂ ਸਿੱਧਾ ਨਿਕਲ ਹੀ ਗਏ, ਫਿਰ ਆਪਾਂ ਅਰਦਾਸ ਕਰ ਆਏ ਸੀ, ਮੈਂ ਵਾਪਸ ਨਹੀਂ ਆਇਆ ਘਰ। ਪਰਿਵਾਰ ਦੇ ਕਿਹੜੇ ਕਿਹੜੇ ਮੈਂਬਰ ਚੱਕੇ ਤੁਹਾਡੇ, ਕਿਵੇਂ ਤਸੀਹੇ ਦਿੱਤੇ ਉਹਨਾਂ ਨੂੰ? ਸਾਡਾ ਤਸੀਹਿਆਂ ਦਾ ਦੌਰ ਸ਼ੁਰੂ ਹੋਇਆ ਜੀ, ਜਿਹੜਾ ਬਹੁਤ ਜ਼ਿਆਦਾ ਦੌਰ ਸ਼ੁਰੂ ਹੋਇਆ ਉਹ ਹੋਇਆ 30/10/1992 ਨੂੰ, ਜਿਹਦੇ ਲਈ ਉਜਾੜਾ ਸ਼ੁਰੂ ਹੁੰਦਾ, ਮਤਲਬ ਕਿ ਜਦੋਂ ਘਰ ਮੁਕਾਬਲਾ ਹੋ ਜਾਏ ਜਾੜਾ ਤਾਂ ਉਦੋਂ ਹੀ ਹੋ ਜਾਂਦਾ ਜੀ, ਬਿਲਕੁਲ। ਅਤੇ ਉਦੋਂ ਬਾਅਦ ਜਿਹੜਾ ਫਿਰ ਬਿਲਕੁਲ ਹੀ ਖਤਮ ਹੋ ਗਿਆ ਸਾਰਾ ਕੁਛ, ਉਹ ਇੱਕ ਪਾਲਾ ਰਾਮ ਥਾਣੇਦਾਰ ਹੁੰਦਾ ਸੀ, ਉਹਨੇ ਤੁਸੀਂ ਜਦੋਂ ਵੀ ਸਮਾਣੇ ਏਰੀਏ 'ਚ ਜਾਓਗੇ ਜਿਹੜੀ ਬੈਲਟ ਨਾਲ ਨਾਲ ਲੱਗਦੀ, ਤੁਸੀਂ ਕਿਸੇ ਵੀ ਬੰਦੇ ਨੂੰ ਜਿਹੜਾ 50 ਸਾਲ ਦੀ ਉਮਰ ਦਾ ਉਹਨੂੰ ਪੁੱਛੋਗੇ ਵੀ ਇੱਥੇ ਕੋਈ ਪਾਲਾ ਰਾਮ ਥਾਣੇਦਾਰ ਹੁੰਦਾ, ਤੁਹਾਨੂੰ ਉਹਦੀ ਇੱਕ ਗੱਲ ਜ਼ਰੂਰ ਸੁਣਾਊਗਾ ਵੀ ਉਹ ਬੜਾ ਜ਼ਾਲਮ ਸੀਗਾ ਜਾਂ ਐਂ ਸੀ, ਇੱਕ ਸਟੋਰੀ, ਕੋਈ ਵੀ ਬੰਦਾ ਐਨੀ ਪਰਸਨ ਸਿੱਖ ਬੰਦਾ ਤੁਹਾਨੂੰ ਦੱਸ ਦੂਗਾ ਵੀ ਉਹ ਬੰਦਾ ਗਲਤ ਸੀ। ਉਹ ਬੰਦੇ ਨੂੰ ਆਪਣੇ ਹਿੱਸੇ ਆ ਗਈ ਉਹ ਗੱਲ ਗਰੁੱਪ 'ਚ, ਉਹਦੇ ਸੋਧੇ ਲਾਉਣ ਤੋਂ ਬਾਅਦ, ਔਰ ਉਹ ਕਹਿੰਦਾ ਸੀ ਵੀ ਕੋਈ ਵੀ ਤੁਹਾਡਾ ਸਿੱਖ ਬੰਦਾ ਮੈਨੂੰ ਮਾਰ ਨਹੀਂ ਸਕਦਾ, ਚੈਲੰਜ ਕਰਦਾ, ਚੈਲੰਜ ਓਪਨ ਚੈਲੰਜ ਕਰਦਾ, ਓਪਨ ਚੈਲੰਜ ਕਰਦਾ। ਚਲੋ ਉਹ ਸੇਵਾ ਸਾਡੇ ਹਿੱਸੇ ਆ ਗਈ, ਅਤੇ 29/10/1992 ਨੂੰ ਉਹ ਕਾਂਡ ਵਾਪਰਿਆ, ਅਤੇ ਉਸ ਤੋਂ ਬਾਅਦ ਫਿਰ 30/10 ਕਿ ਮਤਲਬ ਕਿ ਇੱਕ ਅੱਧੇ ਦਿਨ ਦਾ ਹੇਰ ਫੇਰਾ, ਫਿਰ ਇਹਨਾਂ ਨੇ
ਹਰਿਆਣਾ ਪੁਲਿਸ ਨੇ ਜਾ ਕੇ ਫਿਰ ਆਪਣਾ ਘਰ ਨੂੰ ਅੱਗ ਲਾ ਦਿੱਤੀ ਸਾਰੇ ਹਰਿਆਣੇ ਦੀ ਪੁਲਿਸ ਘਰ ਫੂ ਕੇ ਦਿੱਤਾ ਅੱਗ ਲਾ ਦਿੱਤੀ ਅੱਗ ਲਾ ਦਿੱਤੀ ਹਰਿਆਣੇ ਦੇ ਸਮਾਨ ਸਮੂਨ ਵਿੱਚ ਹੀ ਸਾਰਾ ਘਰ ਦੇ ਵਿੱਚ ਕੌਣ ਕੌਣ ਮੌਜੂਦ ਸੀ ਜਦੋਂ ਅੱਗ ਉਸ ਸਮੇਂ ਘਰ 'ਚ ਮਾਤਾ ਸੀ ਮੇਰੀ ਅਤੇ ਭਰਜਾਈ ਅਤੇ ਨਹੀਂ ਘਰ ਕੋਈ ਨਹੀਂ ਸੀਗਾ ਸੋਰੀ ਘਰ ਕੋਈ ਨਹੀਂ ਸੀ ਇਹ ਘਰੋਂ ਭੱਜੇ ਹੋਏ ਸੀ ਭਰਾ ਵੀ ਥਾਣੇ ਸੀ ਅਤੇ ਪਿਤਾ ਜੀ ਵੀ ਥਾਣੇ ਸੀਗੇ ਜਦੋਂ ਇਹ ਕਾਂਡ ਹੁੰਦਾ ਤਾਂ ਮਤਲਬ ਉੱਦਣ ਹੀ ਪੁਲਿਸ ਪੰਜਾਬ ਵਾਲੀ ਪੁਲਿਸ ਚੁੱਕ ਲੈਂਦੀ ਇਹਨਾਂ ਨੂੰ ਵੀ ਹਰਿਆਣਾ ਵਾਲੀ ਪੁਲਿਸ ਚੁੱਕੂਗੀ ਇਹ ਪਹਿਲਾਂ ਹੀ ਚੁੱਕ ਕੇ ਲੈ ਜਾਂਦੇ ਨੇ ਅਤੇ ਫਿਰ ਉਹ ਦੌਰ ਸ਼ੁਰੂ ਹੁੰਦਾ ਟੋਰਚਰ ਦਾ ਬਹੁਤ ਉਹ ਮੇਰੇ ਭਰਾ ਨੂੰ ਵੀ ਬਹੁਤ ਟੋਰਚਰ ਕੀਤਾ ਫਾਦਰ ਨੂੰ ਵੀ ਚਲੇ ਇਹ ਸਿਲਸਿਲਾ ਚੱਲਦਾ ਰਿਹਾ ਜੀ ਮੈਂ ਤਾਂ ਘਰ ਆਇਆ ਨਹੀਂ ਜੀ ਮੁੜ ਕੇ ਅਤੇ 1995 ਦੇ ਵਿੱਚ ਫਿਰ ਇਹ ਪਹਿਲੀ ਜਿਹੜੀ ਗੱਲ ਹੁੰਦੀ ਆ ਮਤਲਬ ਘਰ ਤਾਂ ਉੱਜੜ ਗਿਆ ਜੀ ਮੁੜ ਕੇ ਕੋਈ ਆਇਆ ਨਹੀਂ ਉੱਥੇ ਇਹ ਮੱਝਾਂ ਵੀ ਲੈ ਗਏ ਮੋਟਰਸਾਈਕਲ ਜੋ ਵੀ ਚੀਜ਼ਾਂ ਸੀ ਘਰ 'ਚੋਂ ਜਿਹੜੀਆਂ ਚੁੱਕਣ ਵਾਲੀਆਂ ਸੀ ਚੁੱਕ ਲਈਆਂ ਇਹਨਾਂ ਨੇ ਅਤੇ ਬਾਕੀ ਘਰ ਨੂੰ ਅੱਗ ਲਾ ਦਿੱਤੀ ਜੀ ਕੁਛ ਕੈਟ ਸੀ ਸਾਡੇ ਏਰੀਏ ਦੇ ਸਾਡੇ ਘਰ ਦਾ ਸਮਾਨ ਭਾਨਾ ਇਹ ਲੈ ਗਿਆ ਅੱਗੇ ਪਿੱਛੇ ਵੀ ਜਾਂਦੇ ਰਹਿੰਦੇ ਘਰੋਂ ਚੁੱਕ ਲਿਆਉਂਦੇ ਮੰਦਾ ਚੰਗਾ ਬੋਲਦੇ ਮੇਰੀ ਭੈਣ ਨੂੰ ਭਰਜਾਈ ਨੂੰ ਬਹੁਤ ਕੁਛ ਇੱਦਾਂ ਦਾ ਪੁਲਿਸ ਵਾਲੇ ਚੋਰੀ ਕਰਕੇ ਲੈ ਚੋਰੀ ਉਹ ਲੈ ਕੇ ਜਿਹੜੀ ਚੀਜ਼ ਚੱਕ ਕੇ ਲੈ ਇੱਥੋਂ ਦਾ ਕੈਟ ਸੀਗਾ ਡੈੱਕ ਹੀ ਚੁੱਕ ਲਿਆ ਘਰੋਂ ਮੈਨੂੰ ਕਈ ਗੱਲਾਂ ਦਾ ਪਤਾ ਲੱਗਦਾ ਹੁਣ ਜਦੋਂ ਕਿਤੇ ਬਹਿੰਦੇ ਨੇ ਘਰ ਦੇ ਇਹ ਫਿਰ ਸਿਲਸਿਲਾ ਜਿਹੜੀ ਮੈਂ ਤੁਹਾਨੂੰ ਗੱਲ ਦੱਸ ਰਿਹਾ ਨਾ ਇਹ ਹਰ ਇੱਕ ਉਸ ਖਾੜਕੂ ਪਰਿਵਾਰ ਨਾਲ ਵਾਪਰੀ ਆ ਕਿਸੇ ਨਾਲ ਥੋੜ੍ਹੀ ਘੱਟ ਕਿਸੇ ਨਾਲ ਮਤਲਬ ਘੱਟ ਨਹੀਂ ਕੋਈ ਕਹਿ ਸਕਦਾ ਜੀ ਇੱਦੋਂ ਵੱਧਦੀ ਆ ਵੱਧਦੀ ਵਾਪਰੀ ਆ ਅਤੇ ਇਹ ਫਿਰ ਮੇਰੇ ਪਿਤਾ ਜੀ ਨੂੰ ਇਹ ਸ਼ਹੀਦ ਕਰ ਦਿੰਦੇ ਨੇ ਘਰੋਂ ਲੈ ਜਾਂਦੇ ਆ ਇਹ ਉਹਨਾਂ ਨੂੰ 13-14 ਮਹੀਨਿਆਂ ਬਾਅਦ ਛੱਡਦੇ ਨੇ ਇਹ ਅਤੇ ਉਹਨਾਂ ਨੂੰ ਕਹਿੰਦੇ ਸੀ ਘਰ ਚੱਲ ਜਾਓ ਛੱਡ ਦਿੰਦੇ ਨੇ ਗਾਜੇਵਾਸ ਚੌਂਕੀ 'ਚ ਉਹਨਾਂ ਨੂੰ ਛੱਡਦੇ ਨੇ 3 ਵਜੇ ਸ਼ਾਮ ਨੂੰ ਉਹ ਘਰ ਆਉਂਦੇ ਨੇ 9 ਵਜੇ ਇਹ ਦੁਬਾਰੇ ਉਹਨਾਂ ਨੂੰ ਚੁੱਕ ਕੇ ਲੈ ਜਾਂਦੇ ਨੇ ਅਤੇ ਇਹ ਸਾਡੇ ਕੋਲ ਉੱਥੇ ਘਿਓਰਾ ਪੈਂਦਾ ਉੱਥੋਂ ਧਨੌਰੀ ਰੋਡ ਜਾਂਦਾ ਇੱਕ ਸਿੰਗਲ ਉੱਥੇ ਫਿਰ ਇਹ ਉਹਨਾਂ ਨੂੰ ਰਾੜਾਂ ਮਾਰ ਮਾਰ ਕੇ ਅਤੇ ਇਸ ਤਰ੍ਹਾਂ ਦੀ ਜਿਹੜਾ ਉੱਥੇ ਮਤਲਬ ਕਿ ਬਹੁਤ ਟੋਰਚਰ ਕਰਕੇ ਮੇਰੇ ਫਾਦਰ ਨੂੰ ਸ਼ਹੀਦ ਕਰਦੇ ਨੇ ਇਹ ਅਤੇ ਉੱਥੇ ਸਵੇਰੇ ਉਹ ਅਜੇ ਉਹ ਜਾਂਦਾ ਆ ਬੰਦਾ ਧਨੌਰੀ ਪਿੰਡ ਦਾ ਆ ਉਹ ਦੁੱਧੀ ਕਿਤੇ ਤੁਹਾਡਾ ਸਮਾਂ ਲੱਗਿਆ ਉਹਨੂੰ ਵੀ ਕਿਤੇ ਲਿਆਵਾਂਗੇ ਆਪਾਂ ਕੈਮਰੇ 'ਚ ਉਹ ਕੋਲੋਂ ਲੰਘਦਾ ਅਤੇ ਕੁੱਤੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਅਤੇ ਚਿੜੀਆਂ ਉੱਥੇ ਰੌਲਾ ਪਾਉਂਦੀਆਂ ਤਾਂ ਉਹਨੇ ਜਾ ਕੇ ਵੇਖਿਆ ਵੀ ਕੁਛ ਚੀਜ਼ ਆ ਵੀ ਹੈ ਪਈ ਆ ਹਾਂ ਉਹ ਵਿਚਾਰਾ ਗਿਆ ਅਤੇ ਉਹਨੇ ਪਛਾਣ ਲਿਆ ਉਹ ਰਿਸ਼ਤੇਦਾਰ ਨੇ ਸਾਡੇ ਅਤੇ ਉੱਥੋਂ ਫਿਰ ਸਾਡੇ ਪਿੰਡ ਵਾਲਾ ਸਰਪੰਚ ਸੀਗਾ ਬੰਦਾ ਉਹਨਾਂ ਨੂੰ ਉਹਨਾਂ ਨੇ ਮੈਸੇਜ ਦਿੱਤਾ ਵਾ ਪੁਲਿਸ ਆ ਗਈ ਪੁਲਿਸ ਫਿਰ ਵੀ ਜੀ ਖਾੜਕੂ ਮਾਰ ਗਏ ਨੇ ਜੇ ਫਲਾਣਾ ਮਾਰ ਗਿਆ ਜੀ ਜਿਵੇਂ ਫਿਰ ਇਹ ਕਰਦੇ ਹੁੰਦੇ ਨੇ ਵੀ ਸਾਡੇ ਘਰਦਿਆਂ ਨੇ ਤਾਂ ਫਿਰ ਪਛਾਣ ਲਿਆ ਸਾਰਾ ਕੁਛ ਪਤਾ ਸੀ ਫਲਾਣੀ ਜਿਪਸੀ ਆਈ ਫਲਾਣੇ ਬੰਦੇ ਪਛਾਣ ਲਈ ਆਵਾਜ਼ ਤੋਂ ਕਰੋ ਜਿਵੇਂ ਫਿਰ ਇਹ ਸਿਲਸਿਲਾ ਚੱਲਦਾ ਰਿਹਾ ਫਿਰ ਇਸੇ ਸਿਲਸਿਲੇ 'ਚ ਹੀ ਮੇਰੀ ਸਿਸਟਰ ਨੂੰ ਇਹਨਾਂ ਨੇ ਜਦੋਂ ਪੁਲਿਸ ਉਹਨਾਂ ਨੂੰ ਤੰਗ ਕਰਦੀ ਜ਼ਿਆਦਾ ਉਹਨਾਂ ਨੂੰ ਪੁਲਿਸ ਨੇ ਫਿਰ ਗੇਮ ਇੱਕ ਖੇਡੀ ਵੀ ਤੁਸੀਂ ਇਹਨੂੰ ਮਾਰ ਦਿਓ ਅਸੀਂ ਤੁਹਾਡੇ ਨਾਲ ਆ ਕਿਹਨੂੰ ਤੁਹਾਨੂੰ ਮਾਰ ਮੇਰੀ ਸਿਸਟਰ ਨੂੰ ਅੱਛਾ ਇਹ ਫਿਰ ਇਹਨਾਂ ਦਾ ਇੱਕ ਥਾਣੇਦਾਰ ਸੀਗਾ ਅਤੇ ਇਹ ਉਹਨੂੰ ਇਹਨਾਂ ਨੇ ਬਿਜਲੀ ਲਾ ਕੇ ਬਿਜਲੀ ਲਾ ਦਿੱਤੀ ਅਤੇ ਉਹਦੀ ਡੈਥ ਨਹੀਂ ਹੋਈ ਫਿਰ ਉਹਨੂੰ ਲੈ ਕੇ ਚੌਂਕੀ ਚੁੱਕ ਕੇ ਬਾਦਸ਼ਾਹ ਫਿਰ ਉੱਥੇ ਫਿਰ ਉੱਥੇ ਕੁਦਰਤੀ ਸਾਡਾ ਇੱਕ ਰਿਸ਼ਤੇਦਾਰ ਸੀ ਹੁਣ ਉਹਦੀ ਡੈਥ ਹੋ ਗਈ ਦੀ ਕਿੰਨੀ ਉਮਰ ਸੀ ਜਦੋਂ ਪੁਲਿਸ ਚੱਕ ਕੇ ਲੈ ਕੇ ਜਾਂਦੀ ਉਹ ਮੈਰਿਡ ਸੀਗੇ ਮੈਰਿਡ ਹਾਂਜੀ ਹਾਂਜੀ ਅਤੇ ਮੇਰੇ ਤੋਂ ਵੱਡੇ ਸੀਗੇ 2.5-3 ਸਾਲ ਬੱਚੇ ਹੈਗੇ ਨੇ ਹਜੇ ਉਹਨਾਂ ਦੇ ਨਹੀਂ ਕੋਈ ਬੱਚਾ ਨਹੀਂ ਉਹਨਾਂ ਦਾ ਥੋੜ੍ਹਾ ਟਾਈਮ ਹੋਇਆ ਸੀ ਮੈਂ ਕਿੰਨਾ ਸਮਾਂ ਹੋਇਆ 1.5-1.5 ਸਾਲ ਹਾਂਜੀ ਹਾਂਜੀ ਚੋਰੀ ਵਿਆਹ ਕੀਤਾ ਜੀ ਰਾਤ ਨੂੰ ਪੁਲਿਸ ਪੈ ਗਈ ਸਵੇਰੇ 3 ਵਜੇ ਪੁਲਿਸ ਪੈ ਗਈ ਮਸਾਂ 5-4 ਬੰਦੇ ਉਹ ਆਏ ਘਰ ਦਾ ਕੋਈ ਜੀ ਨਹੀਂ ਸੀ ਹੈਗਾ ਮਾਤਾ ਸੀ ਮੇਰੀ ਇੱਕ ਕੋਈ ਜੀ ਹੋਰ ਸੀ ਹੋਰ ਕੋਈ ਹੈ ਨਹੀਂ ਸੀ ਘਰ ਫਾਦਰ ਵੀ ਨਹੀਂ ਸੀ ਹੈਗਾ ਕੋਈ ਹੈ ਨਹੀਂ ਬਹੁਤ ਭੈੜੇ ਹਾਲਾਤਾਂ 'ਚ ਉਹ ਹੋਇਆ ਉਹ ਬਹੁਤ ਮੇਰੇ ਲਈ ਅਸਹਿ ਗੱਲ ਸੀਗੀ ਵੀ ਇਹ ਘਟਨਾ ਫਿਰ ਉੱਥੇ ਚੌਂਕੀ 'ਚ ਜਿਹੜਾ ਬੰਦਾ ਸੀਗਾ ਉਹ ਸਾਡਾ ਰਿਸ਼ਤੇਦਾਰ ਸੀਗਾ ਉਹਨਾਂ ਦਾ ਪਿੰਡ ਹੈਗਾ ਆ ਪਲਾਉਂਦੀਆਂ ਪਟੇਰੀ ਇੱਥੇ ਪਿੰਡ ਆ
ਉਹ ਕੁਲਦੀਪ ਸਿੰਘ ਵਿਗੋਤ ਵੀ ਉਹਨਾਂ ਦੀ ਵਿਰਕ ਸੀਗੀ, ਉਹ ਹੁਣ ਉਹਨਾਂ ਦੀ ਡੈਥ ਹੋ ਗਈ ਹੈ, ਜੇ ਜਿਉਂਦੇ ਹੁੰਦੇ ਤਾਂ ਮੈਂ ਜ਼ਰੂਰ ਕੈਮਰੇ ਸਾਹਮਣੇ ਲਿਆਉਂਦਾ ਭਾਵੇਂ ਜਿਵੇਂ ਮਰਜ਼ੀ ਉਹਨਾਂ ਨੂੰ। ਉਹਨਾਂ ਫਿਰ ਸਾਰੀ ਗੱਲ ਦੱਸੀ ਮੈਨੂੰ ਵੀ ਸਿਸਟਰ ਨੂੰ ਇੱਦਾਂ ਇੱਦਾਂ ਇਹਨਾਂ ਨੇ ਕੀਤਾ ਸਾਰਾ ਕੁਛ। ਉਹ ਗਏ ਫਿਰ ਮੇਰੀ ਸਿੰਘਣੀ ਦੇ ਜਿਹੜੇ ਚਾਚਾ ਜੀ ਯਾਦਵਿੰਦਰ ਉਹਨਾਂ ਨੂੰ ਉਹ ਵੀ ਉਹ ਸ਼ਹੀਦ ਕਰਤੇ, ਤਿੰਨ ਜੀ ਗਏ। ਅਤੇ ਇਹਨਾਂ ਨੇ ਫਿਰ ਮਤਲਬ ਸਾਡੀ ਉੱਥੇ ਖੇਤਾਂ ਜਿਹੜੀ ਸਾਡੇ 9-10 ਕਿੱਲੇ ਪੈਲੀ ਸੀ ਉਹ ਵੀ ਗਈ। ਫਿਰ ਪਿੰਡ ਦੇ ਵਿੱਚ ਘਰ ਨਾ ਪਾਉਣ ਦੇਣ ਵੀ ਇਹ ਤਾਂ ਜਾੜ ਦੇਣਗੇ ਜੀ, ਇਹਨਾਂ ਦਾ ਤਾਂ ਆਪਣਾ ਉੱਜੜ ਗਿਆ, ਸਾਰਾ ਪਿੰਡ ਮਰਵਾ ਦੂ, ਇਹ ਤਾਂ ਐਂ ਕਰ ਦੂ। ਡਾਂਗਾਂ ਲੈ ਕੇ ਲੋਕ ਇਕੱਠੇ ਹੋ ਕੇ ਆ ਗਏ ਮੇਰੇ ਭਰਾ ਨੂੰ ਵੀ ਤੂੰ ਉਹ ਮਿੱਟੀ ਪਾਉਣ ਡਿਆ ਸੀ। ਪਿੰਡ ਪੰਚਾਇਤ ਨੇ ਇੱਕ ਸ਼ਾਮਲਾਲ ਛੱਪੜ ਦੀ ਇੱਕ ਜਗ੍ਹਾ ਦਿੱਤੀ ਵੀ ਇੱਥੇ ਤੁਸੀਂ ਘਰ ਪਾਲੋ, ਉਹ ਵੀ ਪਿੰਡ ਦੇ ਲੋਕ ਡਾਂਗਾਂ ਲੈ ਕੇ ਇਕੱਠੇ ਹੋ ਕੇ ਆ ਗਏ। ਇੰਨੇ ਲੋਕ ਮਤਲਬ ਮੈਨੂੰ ਤਰਸ ਆਉਂਦਾ ਲੋਕਾਂ ਦੇ, ਮੈਂ ਫਸਟ ਟਾਈਮ ਅੱਜ ਗੱਲ ਕਰਨ ਲੱਗਾ ਵੀ ਪਿੰਡ ਵਾਲਿਆਂ ਨੇ ਵੀ ਆਹ ਕੁਛ ਕੀਤਾ, ਪਿੰਡ ਵਾਲੇ ਵੀ ਤੁਹਾਡੇ ਖਿਲਾਫ ਹੀ ਹੋ ਗਏ ਸੀ? ਨਹੀਂ ਉਹ ਆ ਗਏ ਵੀ ਇਹ ਤਾਂ ਉੱਜੜ ਜੂ ਸਾਡਾ ਪਿੰਡ, ਜਿਵੇਂ ਇਹਨਾਂ ਦਾ ਡੇਰਾ ਉੱਜੜ ਗਿਆ, ਪਿੰਡ 'ਚ ਗੋਲੀ ਚੱਲ ਜੂ, ਲੋਕ ਡਰ ਗਏ ਬਹੁਤ ਵੀ ਡੇਰੇ 'ਤੇ ਇਸ ਤਰ੍ਹਾਂ ਹੋ ਗਿਆ ਸਾਡਾ ਪਿੰਡ ਵੀ ਉੱਜੜ ਜੂ। ਹੁੰਦੇ ਹੀ ਨੇ ਪਿੰਡ 'ਚ ਕੁਛ ਬੰਦੇ ਇੱਦਾਂ ਦੇ। ਚਲੋ ਆਪਣੇ ਕੋਈ ਹੋਰ ਘਰ ਸੀ ਜਿੱਦਾਂ ਨਾਲ ਵੀ ਤਾਂ ਹੁੰਦੇ ਹੀ ਨਾ, 70-80% ਪਿੰਡ ਨਾਲ ਵੀ ਸੀਗਾ ਬਿਲਕੁਲ। ਅਤੇ ਉਹਨਾਂ ਨੇ ਆ ਕੇ ਕਿਹਾ ਵੀ ਬਿਲਕੁਲ ਨਹੀਂ, ਇਹਨੂੰ ਅਸੀਂ ਨਾਲ ਲੱਗਾਂਗੇ। ਫਿਰ ਨਾਲ ਲੱਗ ਕੇ ਲੋਕਾਂ ਨੇ ਉੱਥੇ, ਉਹ ਹੁਣ ਉਹੀ ਘਰ ਹੈ ਸਾਡਾ ਜੀ, ਅਤੇ ਉਹ 2 ਕਮਰੇ ਨੇ ਅਤੇ ਮੇਰਾ ਭਰਾ ਅਤੇ ਮੇਰੀ ਮਾਤਾ ਉੱਥੇ ਰਹਿੰਦੇ ਨੇ। ਅਤੇ ਮੈਂ ਉਦੋਂ ਬਾਅਦ ਪਹਿਲਾਂ ਤਾਂ ਟਰੱਸਟ ਸੀਗਾ ਮਾਤਾ ਗੁਜਰੀ ਸਾਰਾ ਟਰੱਸਟ, ਮੇਰੇ ਬੱਚੇ ਉੱਥੇ ਰਹੇ ਨੇ ਜੀ, ਬੀਬੀ ਸੋਹਣਜੀਤ ਕੌਰ ਅਤੇ ਸੰਦੀਪ ਕੌਰ, ਇੱਥੇ ਟਰੱਸਟ ਸੀਗਾ ਉਹਨਾਂ ਦਾ। ਅਤੇ ਉਹ ਫਿਰ ਕੁਛ ਉਹਨਾਂ ਦੀ ਪ੍ਰੋਬਲਮ ਆ ਗਈ ਉਹ ਟਰੱਸਟ ਦੀ, ਅਤੇ ਉਦੋਂ ਬਾਅਦ ਫਿਰ ਅਸੀਂ ਰੈਂਟ 'ਤੇ ਰਹੇ ਲਗਾਤਾਰ, ਇੰਨੇ ਸਾਲ ਹੋ ਗਏ। ਕਿੰਨੇ ਕੇਸ ਝੱਲਣੇ ਪਏ ਨੇ ਉਸ ਦੌਰ ਦੇ ਵਿੱਚ? ਉਹ ਜਿਹੜਾ ਦੌਰ ਆ ਫਿਰ ਅੱਗੇ, ਇਹ ਤਾਂ ਘਰ ਦੀ ਦਾਸਤਾਨ ਆ ਜਾਂ ਮੇਰੀ ਇਹ ਆ, ਜਿਹੜਾ ਮੇਰਾ ਫਿਰ ਸਾਡਾ ਜਿਹੜਾ ਮੂਮੈਂਟ ਦਾ ਦੌਰ ਰਿਹਾ ਉਹ ਫਿਰ ਇਵੇਂ ਸੀ ਵੀ ਮੈਂ ਤਾਂ ਆਲ ਓਵਰ ਇੰਡੀਆ 'ਚ ਹੀ ਘੁੰਮਿਆ, ਜਿੱਥੇ ਜਿੱਥੇ ਮੇਰੇ ਤੋਂ ਜਾਇਆ ਗਿਆ ਜਾਂ ਜਿਵੇਂ ਜੋ ਜੋ ਸੀਗਾ ਦੌਰ, ਮੇਰੇ 'ਤੇ ਟੋਟਲ 50 ਤੋਂ ਉੱਤੇ FIR ਹੋਈਆਂ ਨੇ ਜੀ। ਅਤੇ ਕਈਆਂ 'ਚ ਮੈਨੂੰ ਸਜ਼ਾ ਹੋਈ, ਕਿਸੇ 'ਚ ਅੰਡਰਗਰਾਊਂਡ ਹੋ ਗਈ, ਕੋਈ ਸੁਪਰੀਮ ਕੋਰਟ ਤੋਂ ਬਰੀ ਹੋ ਗਈ, ਜਿਹੜਾ ਉਹ ਥਾਣੇਦਾਰ ਵਾਲਾ ਕੇਸ ਸੀ ਉਹ ਸੁਪਰੀਮ ਕੋਰਟ ਤੋਂ ਬਰੀ ਹੋਈ, ਉਹ 'ਚ ਉਮਰ ਕੈਦ ਹੋ ਗਈ ਸਾਨੂੰ, ਮੈਂ ਬਾਲੇ ਰਿਹਾ ਉਹ 'ਚ ਜੇਲ੍ਹ 'ਚ, ਕਿਸੇ 'ਚ 5 ਸਾਲ ਗਈ, 7 ਸਾਲ ਉਹ ਵਿੱਚ ਹੀ ਕੱਟੀ ਕੁੱਟੀ ਜਾਂਦੀ ਰਹੀ ਜਿਵੇਂ ਅਸੀਂ ਰਹੇ ਹਾਂ। ਅਤੇ ਆਪਣਾ UP ਦੇ ਕੇਸ ਸੀਗੇ, ਦਿੱਲੀ ਦੇ ਸੀ, ਹਰਿਆਣੇ ਦੇ ਸੀਗੇ, ਪੰਜਾਬ ਦੇ ਸੀ, ਇਸ ਤਰ੍ਹਾਂ ਅਲੱਗ ਅਲੱਗ ਸਟੇਟਾਂ ਦੇ ਕੇਸ ਸਨ ਜਿਨ੍ਹਾਂ 'ਚੋਂ ਮੈਂ ਲਗਭਗ ਮਤਲਬ ਸਾਰਾ ਸਮਾਂ ਪਾ ਕੇ ਕੋਈ 13-13.5 ਸਾਲ ਜੇਲ੍ਹ 'ਚ ਰਿਹਾ। ਉਹ 'ਚ ਕੁਛ ਸਮਾਂ ਮੈਂ ਕਿਸੇ ਦੂਜੇ ਮੁਲਕ 'ਚ ਰਿਹਾ, ਉੱਥੋਂ ਚਲੇ ਗਿਆ ਜੀ। ਇਹ ਸਾਰੀ ਜਿਹੜੀ ਸਟੋਰੀ ਤੁਹਾਨੂੰ ਮੈਂ ਸੁਣਾ ਰਿਹਾ, ਇਹ ਮੈਂ ਇਸ ਕਰਕੇ ਸੁਣਾ ਰਿਹਾ ਵੀ ਲੋਕਾਂ ਨੂੰ, ਬਹੁਤ ਲੋਕਾਂ ਨੂੰ ਇਹ ਖੇਡ ਲੱਗਦੀ ਆ, ਅਤੇ ਅੱਜ ਦੇ ਜਿਹੜੇ ਨੌਜਵਾਨ ਨੇ ਬਿਲਕੁਲ ਉਹਨਾਂ ਨੂੰ ਐਂ ਲੱਗਦਾ ਵੀ ਠੀਕ ਹੈ ਤੁਸੀਂ ਉਦੋਂ ਕੀਤਾ ਹੋਊਗਾ ਕੁਛ ਯਾਰ, ਠੀਕ ਹੈ ਤੁਸੀਂ ਉਦੋਂ ਕੁਛ ਕੀਤਾ ਹੋਊਗਾ, ਐਂ ਨਹੀਂ ਹੈ ਵੀ ਕੀਤਾ ਹੋਊਗਾ, ਇਸ ਤਰ੍ਹਾਂ ਨਹੀਂ। ਤੁਸੀਂ ਥੋੜ੍ਹਾ ਜਿਹਾ ਉਹਨਾਂ ਬੰਦਿਆਂ ਦਾ, ਜਿਹੜੇ ਉਹ ਮਹਾਨ ਬੰਦੇ ਨੇ, ਉਹਨਾਂ ਬੰਦਿਆਂ ਦਾ ਨਾਮ ਵੀ ਸਤਿਕਾਰ ਨਾਲ ਨਹੀਂ ਲੈਂਦੇ ਹੈ। ਅਸੀਂ ਉਹਨਾਂ ਨੂੰ ਵੇਖਿਆ ਕਿਵੇਂ ਸਾਰਾ ਕੁਛ ਦੌਰ ਲੰਘਿਆ, ਕਿਵੇਂ ਝੱਲਿਆ, ਹੈ ਨਾ। ਸਾਡੀ ਮੈਂ ਗੁਰੂ ਘਰ ਦੀ ਬਾਉਂਡਰੀ 'ਚ ਖੜ ਕੇ ਕਹਿੰਦਾ ਵੀ ਸਾਡੀ ਕੋਈ ਕਿਸਮਤ ਮਾੜੀ ਜਾਂ ਸਾਡੇ ਤੋਂ ਕੁਛ ਗੁਨਾਹ ਹੋਇਆ ਕਿਸੇ ਗੱਲ ਦਾ ਵੀ ਅਸੀਂ ਬਚ ਗਏ, ਸਾਡਾ ਉਸ ਜੰਗ 'ਚ ਮਾਰਿਆ ਨਾ ਜਾਣਾ ਸਾਡੇ ਲਈ ਬਹੁਤ ਵੱਡੀ ਮੁਸੀਬਤ ਬਣ ਗਈ ਹੈ। ਸਵਾਲ ਚੁੱਕਦੇ ਲੋਕ, ਜਿਨ੍ਹਾਂ ਨੂੰ ਇਹ ਗੱਲ ਦਾ ਹੀ ਨਹੀਂ ਪਤਾ ਉਹ ਸਵਾਲ ਚੁੱਕਦੇ। ਹੁਣ ਪਿੱਛੇ ਜੇ ਇੱਕ ਬੰਦਾ, ਕੋਈ ਬੰਦਾ ਵੀ ਉੱਠ ਕੇ ਮਤਲਬ ਤੁਹਾਡੇ ਚੈਨਲ 'ਤੇ ਕਹਿ ਵੀ ਆ ਇਹ ਤਾਂ ਯਾਰ ਆ ਗਏ, ਇਹ ਸਮਝੌਤੇ ਕਰਕੇ ਆ ਗਏ, ਐਂ ਕਿਵੇਂ ਬੰਦਾ ਆ ਜਾਂਦਾ? ਕਿਸੇ ਨੂੰ ਪਤਾ ਹੋਣਾ ਵੀ ਗੱਲ ਕੀ ਆ,
ਵੀ ਕਿਵੇਂ ਆ ਗਏ, ਕਿਉਂ ਹੋਇਆ, ਅਸੀਂ ਐਵੇਂ ਥੋੜ੍ਹਾ ਜੇਲ੍ਹ 'ਚ ਭੱਜ ਆਏ ਹਾਂ, ਅਸੀਂ ਸਜ਼ਾ ਕੱਟੀ ਆ, ਅਸੀਂ ਕੱਟ ਕੇ ਆਏ ਹਾਂ, ਐਵੇਂ ਥੋੜ੍ਹਾ ਭੱਜ ਆਏ ਹਾਂ, ਜਿਵੇਂ ਭਾਈ ਕੁੱਕੀ ਨੂੰ ਪਿੱਛੇ ਕਿਹਾ ਵੀ ਉਹਦਾ ਸਮਝੌਤਾ ਕਰਕੇ ਆ ਗਏ, 13-14 ਸਾਲ ਉਹਨਾਂ ਨੇ ਜੇਲ੍ਹ ਕੱਟੀ ਆ ਯਾਰ, ਐਵੇਂ ਥੋੜ੍ਹਾ ਆ ਗਏ ਨੇ। ਹੁਣ ਤੁਸੀਂ ਦੇਖੋ ਵੀ ਜਿਸ ਕੇਸ ਦੀ ਸਜ਼ਾ ਆਪਾਂ ਨੂੰ ਸੁਪਰੀਮ ਕੋਰਟ ਤੋਂ ਬਰੀ ਹੋ ਗਿਆ ਆਪਾਂ, ਹੈ ਨਾ, ਉਹਦੇ 'ਚ ਮੈਂ ਹੁਣ ਵੀ ਇੰਨਾ ਤਾਕਤਵਰ ਸੀ ਵੀ ਮੈਂ ਸੁਪਰੀਮ ਕੋਰਟ ਵੀ ਖਰੀਦ ਲਿਆ, ਮੈਂ ਸਰਕਾਰ ਨਾਲ ਰਲ ਗਿਆ। ਜੇ ਸਰਕਾਰ ਨਾਲ ਜਿਹਨੇ ਰਲਣਾ ਹੁੰਦਾ ਨਾ, ਉਹ ਪਹਿਲੀ ਪੁਜੀਸ਼ਨ 'ਤੇ ਰਲਦਾ ਆ। ਜੇ ਬੰਦੇ ਨੇ 14 ਸਾਲ ਕੱਟ ਕੇ ਸਰਕਾਰ ਨਾਲ ਲੜਨਾ, ਵੀ ਐਵੇਂ ਹੁੰਦਾ ਹੁੰਦਾ ਨਹੀਂ ਤਾਂ ਨਾਲੇ ਫਿਰ ਤਸੀਹੇ ਚੱਲਣ ਦੀ ਕੀ ਲੋੜ ਪਈ ਸੀ, ਪਰਿਵਾਰ ਦੇ ਮੈਂਬਰ ਗਵਾਉਣ ਦੀ ਕੀ ਲੋੜ ਪਈ ਸੀ, ਜੇ ਸਮਝੌਤੇ ਹੀ ਕਰਨੇ। ਨਹੀਂ ਉਹ ਇਹ ਗੱਲ ਨਹੀਂ ਸੋਚਦੇ ਵੀ ਇੱਕ ਗੱਲ ਸੋਚਣ ਵਾਲੀ ਆ, ਬਈ ਜਿਹੜੇ ਬੰਦੇ MLA ਬਣ ਗਏ ਉਹ ਵੱਡੇ ਘਰਾਂ ਦੇ ਮਾਲਕ ਨੇ, ਕਿਸੇ ਦੀ ਚੰਡੀਗੜ੍ਹ, ਕਿਸੇ ਦੀ ਮੋਹਾਲੀ, ਕਿਸੇ ਦੀ ਰਣਜੀਤ ਐਵੀਨਿਊ, ਕਿਸੇ ਦੀ ਕਿਤੇ, ਕਿਸੇ ਦੀ ਕਿਤੇ ਕੋਠੀਆਂ ਨੇ, ਹੈ ਨਾ। ਹੁਣ ਸੋਚਣ ਵਾਲੀ ਗੱਲ ਇਹ ਆ ਵੀ ਅਸੀਂ ਸਾਡੇ ਬੰਦਿਆਂ ਨੇ ਜੇਲ੍ਹਾਂ ਕੱਟੀਆਂ, ਸਾਡੇ ਜੀ ਮਾਰਤੇ, ਸਾਡੇ ਤੋਂ ਭਾਵ ਸਾਡੇ ਖਾੜਕੂਆਂ ਦੇ, ਅਤੇ ਅਸੀਂ ਫਿਰ ਵੀ ਸਰਕਾਰ ਦੇ ਬੰਦੇ ਅਤੇ ਸਰਕਾਰ ਨਾਲ ਰਲ ਕੇ ਆ ਗਏ, ਇਹ ਕਮੈਂਟ ਲੋਕ ਪਾਸ ਕਰਦੇ ਨੇ। ਵੇਖੋ ਤੁਸੀਂ ਗੱਲ, ਹੈ ਨਾ, ਅੱਜ ਵੀ ਹੋ ਸਕਦੀ ਹੈ ਲੋਕ ਕਰਦੇ, ਸਾਡਾ ਘਰ ਨਹੀਂ, ਸਾਡਾ ਘਾਟ ਨਹੀਂ ਕੋਈ, ਜਿਨ੍ਹਾਂ ਦੇ ਘਰ ਨੇ ਘਾਟ ਨੇ ਵੱਡੀਆਂ ਚੀਜ਼ਾਂ ਦੇ ਮਾਲਕ ਨੇ ਉਹ ਪੰਥਕ, ਉਹ ਪੰਥਕ, ਔਰ ਉਹਨਾਂ ਕੋ ਕਦੀ ਜੇਲ੍ਹ ਨਹੀਂ ਗਏ ਉਹ ਫਿਰ ਵੀ ਪੰਥਕ। ਸਾਡੇ ਜੀ ਵੀ ਮਾਰਤੇ ਸਾਡੇ ਪਰਿਵਾਰਾਂ ਦੇ, ਸਾਡੇ ਘਰਾਂ ਦੇ ਘਰ ਉਜਾੜ ਦਿੱਤੇ, ਸਾਡੇ ਲੋਕਾਂ ਦੇ ਚਾਰ ਚਾਰ ਜੀ ਇੱਕੋ ਇੱਕ ਘਰ ਦੇ ਸ਼ਹੀਦ ਕੀਤੇ, ਸਾਡੀਆਂ ਮਾਵਾਂ ਸ਼ਹੀਦ ਕਰਤੀਆਂ, ਭੈਣਾਂ ਕਰਤੀਆਂ, ਸਾਡੀਆਂ ਭੈਣਾਂ ਨੂੰ ਨੰਗਿਆਂ ਕਰਕੇ ਇਹਨਾਂ ਨੇ ਕੁੱਟਿਆ। ਮਤਲਬ ਇੰਨੀ ਗੱਲ ਸਹਿਣ ਤੋਂ ਬਾਅਦ ਵੀ ਜਦੋਂ ਇਹ ਗੱਲ ਕੋਈ ਸਾਨੂੰ ਕਹਿੰਦਾ ਵੀ ਤੁਸੀਂ ਰਲ ਕੇ ਆ ਗਏ ਜਾਂ ਤੁਸੀਂ, ਇਹ ਗੱਲ ਸਹਿਣ ਨਹੀਂ ਹੁੰਦੀ ਜੀ, ਇਹ ਗੱਲ ਸਹਿਣ ਨਹੀਂ ਹੁੰਦੀ ਹੈਗੀ। ਮਤਲਬ ਕਈ ਵਾਰੀ ਤਾਂ ਐਂ ਕਹਿੰਦੇ ਵੀ ਸਟੇਜ ਤੋਂ ਧਾਂ ਮਾਰ ਕੇ ਕਹੀਏ ਵੀ ਯਾਰ ਅਸੀਂ ਕਿਹੜੇ ਲੋਕਾਂ ਦਾ ਹਿੱਸਾ ਵਾਂ, ਵੀ ਹੇ ਕਲਗੀ ਵਾਲੇ ਪਾਤਸ਼ਾਹ ਵੀ ਕੀ ਸਾਡੇ ਨਾਲ ਭਾਣਾ ਵਰਤਾਇਆ, ਵੀ ਅਸੀਂ ਉਸ ਜੰਗ 'ਚੋਂ ਕਿਵੇਂ ਆ ਗਏ ਹਾਂ, ਜਾਂ ਤਾਂ ਗੱਲਾਂ ਦੱਸਣ ਲਈ ਸਾਨੂੰ ਰੱਬ ਨੇ ਰੱਖ ਲਿਆ ਵੀ ਕੌਮ ਲੜੀ ਕਿਵੇਂ ਆ, ਕਿੱਡੀ ਬਹਾਦਰੀਆਂ ਲੜੀ ਆ, ਪਰ ਇਹ ਗੱਲ ਸਮਝ ਤੋਂ ਬਾਹਰ ਹੈ ਵੀ ਉਹਨੇ ਸਾਡੇ ਤੋਂ ਕੋਈ ਬਹੁਤ ਵੱਡੀ ਸੇਵਾ ਲੈਣੀ ਹੈ ਜਾਂ ਸਾਨੂੰ ਕਿਤੇ ਕੀ ਸਜ਼ਾ ਦੇਣੀ, ਕੀ ਰੋਲਣਾ ਹੈ, ਇਹ ਉਹਦੀ ਮਰਜ਼ੀ ਆ। ਪਰ ਇਹ ਗੱਲ ਬੜੀ ਅਸਹਿ ਆ ਕਿ ਕੋਈ ਪਿੱਛੇ ਜੇ ਇੱਕ ਨੇ ਲਿਖਿਆ ਕਿ ਭਾਈ ਕੁੱਕੀ ਜਿਹੜਾ ਆ ਉਹ ਬਹੁਤ ਜ਼ਿਆਦਾ ਪੈਸੇ ਲੈ ਕੇ ਮੂਮੈਂਟ ਦੇ ਅਮਰੀਕਾ ਭੱਜ ਗਿਆ ਸੀ, ਫਿਰ ਉੱਥੋਂ ਆ ਗਿਆ, ਫਿਰ ਪੁਲਿਸ ਨਾਲ ਰਲ ਗਿਆ, ਫਿਰ ਬਾਹਰ ਆ ਗਿਆ। ਕਿਸੇ ਨੂੰ ਉਹਦੇ ਬਾਰੇ ਪਤਾ ਨਹੀਂ ਵੀ ਕਿਹੜੇ ਘਰ ਦਾ ਮੁੰਡਾ, ਉਹ ਕਿੱਥੇ ਪੜ੍ਹਦਾ ਸੀ, ਕੀ ਉਹਦਾ ਵਜੂਦ ਸੀ, ਕਿੱਥੋਂ ਹੋ ਗਿਆ, ਕਿਵੇਂ ਆਇਆ, ਅਤੇ ਕਿਵੇਂ ਉਹਨੇ ਜੇਲ੍ਹ ਕੱਟੀ, ਕਿਵੇਂ ਉਹ ਦਲੇਰੀ ਨਾਲ ਲੜੇ, ਕਿਵੇਂ ਉਹਨਾਂ ਜ਼ੁਰਤ ਨਾਲ ਜੇਲ੍ਹ ਰਹੇ, ਅਤੇ ਉਹ ਮਤਲਬ ਸਿਰਫ ਵੀ ਮੇਰੇ ਨਾਲ ਨਹੀਂ ਬਣਦੀ, ਮੰਨ ਲਓ ਭਾਈ ਕਿਉਂਕਿ ਮੈਨੂੰ ਨਹੀਂ ਪਸੰਦ ਕਰਦਾ, ਅਤੇ ਮੈਂ ਇਹ ਥੋੜ੍ਹਾ ਕਹਾਂਗਾ ਵੀ ਉਹ ਗਲਤ, ਮੈਂ ਇਹ ਕਹਿੰਦਾ ਵਿਚਾਰਧਾਰਕ ਵਖਰੇਵੇਂ ਹੋਣੇ ਹੋ ਸਕਦੇ ਨੇ, ਧੜੇਬੰਦੀ ਹੋ ਸਕਦੀ ਆ, ਪਰ ਤੁਸੀਂ ਕਿਸੇ ਦੇ ਕਰੈਕਟਰ ਨੂੰ ਐਂ ਖਤਮ ਕਰ ਦਿਓ ਵੀ ਇਹਦੇ ਬੰਦੇ ਹੀ ਗਲਤ, ਇਹ ਗੱਲ ਨਹੀਂ ਠੀਕ ਲੱਗਦੀ। ਮੈਂ ਕਹਿੰਦਾ ਦੁਸ਼ਮਣ ਨੂੰ ਵੀ ਕਦੀ ਤੁਸੀਂ ਉਹਦੇ ਕਰੈਕਟਰ 'ਤੇ ਉਂਗਲ ਨਾ ਚੁੱਕੋ, ਇਹ ਕਹੋ ਵੀ ਆਹ ਗੱਲ ਇਹਦੀ ਗਲਤ ਹੈ, ਠੀਕ ਨਹੀਂ ਹੈਗੀ। ਅਤੇ ਮੈਂ ਭਾਈ ਕੌਂਕੇ ਦੀ ਗੱਲ 'ਤੇ ਆਉਣਾ, 25 ਸਾਲ ਬਾਅਦ ਰਿਪੋਰਟ ਜਨਤਕ ਹੋਈ ਆ ਜੀ, ਹੁਣ ਕੌਮ ਇਹ ਵੀ ਸਵਾਲ ਕਰ ਰਹੀ ਆ, ਹੋਰ ਵੀ ਚਲੋ ਹੋਰ ਧਰਮਾਂ ਦੇ ਸਤਿਕਾਰ ਕਰ ਰਹੇ, ਕਹਿੰਦੇ ਵੀ ਇਹ ਤਾਂ ਜਥੇਦਾਰ ਨੂੰ ਨਹੀਂ ਇਨਸਾਫ ਦਵਾ ਸਕੇ, 25 ਸਾਲ ਫੈਲ ਦਬੀ ਰਹੀ, ਪੰਥਕ ਸਰਕਾਰ ਵੀ ਆਈ, 32 ਸਾਲ ਬੀਤ ਚੁੱਕੇ ਨੇ, ਹੁਣ ਮੁੱਦਾ ਉੱਠਿਆ। ਬੜੇ ਆਹ ਸਵਾਲ ਤੁਹਾਡਾ ਬਹੁਤ ਵਧੀਆ ਆ, ਅਤੇ ਇਹ ਉੱਠ ਰਿਹਾ, ਇਹਦਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ, ਅਤੇ ਮੈਂ ਸੋਚਦਾ ਸੀ ਵੀ ਇਹ ਸਵਾਲ ਹੋਵੇ ਔਰ ਉਹਨਾਂ ਲੋਕਾਂ ਨੂੰ ਹੋਏ ਜਿਹੜੇ ਇਹਦਾ ਜਵਾਬ ਦੇ ਸਕਣ, ਗੋਲਮੋਲ ਨਹੀਂ ਜਵਾਬ ਦੇ ਸਕਣ। ਅੱਜ ਹੀ ਕਿਸੇ ਦਾ ਮੈਨੂੰ ਫੋਨ ਆਇਆ ਸੀ ਇਸ ਗੱਲ ਦੇ ਉੱਤੇ, ਸੇਮ ਇਹ ਗੱਲ ਵੀ ਜਿਹੜੇ ਲੋਕ ਆਪਣੇ ਜਥੇਦਾਰ ਦਾ ਇਨਸਾਫ ਨਹੀਂ ਲੈ ਸਕੇ, ਹੈ ਨਾ। ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਸਾਡੇ ਮੁਕਾਬਲੇ ਜੇ ਆਪਾਂ ਗਿਣਤੀ ਦੀ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਇਸਲਾਮ ਧਰਮ ਜਿਹੜਾ ਆ
ਉਹ ਹਿੰਦੂਆਂ ਤੋਂ ਦੂਜੇ ਨੰਬਰ 'ਤੇ ਆ। ਬਿਲਕੁਲ, ਜੇ ਉਹਨਾਂ ਦੀ ਗਿਣਤੀ ਲਾਈਏ, ਉਹਨਾਂ ਦੀ ਲੱਖਾਂ 'ਚ ਗਿਣਤੀ ਨਹੀਂ, ਕਰੋੜਾਂ 'ਚ ਗਿਣਤੀ ਹੈ। ਇੱਕ ਇੱਕ ਸਟੇਟ 'ਚ ਉਹਨਾਂ ਦੀ ਕਰੋੜਾਂ ਦੀ ਗਿਣਤੀ ਹੈ, ਸਾਡੀ ਤਾਂ ਆਲ ਓਵਰ ਦੁਨੀਆ 'ਤੇ 2.5-3 ਕਰੋੜਾਂ, ਉਹਨਾਂ ਦੀ ਇੱਕ ਇੱਕ ਸਟੇਟ 'ਚ 2.5-3 ਕਰੋੜ ਆਬਾਦੀ ਆ। ਦੋਨੋਂ ਗੱਲਾਂ ਉਹਨਾਂ ਨਾਲ ਵਾਪਰ ਗਈਆਂ, ਜਿਹੜਾ ਸਾਡੇ ਨਾਲ ਇੰਡੀਆ 'ਚ ਵਾਪਰਿਆ ਕਤਲੇਆਮ, ਉਹ ਉਹਨਾਂ ਨਾਲ ਵਾਪਰ ਗਿਆ, 2-3 ਵਾਰੀ ਵਾਪਰ ਗਿਆ ਜੀ। ਠੀਕ ਹੈ ਜੀ, ਸਾਡਾ ਉਹਨਾਂ ਨੇ ਤਖ਼ਤ ਢਾਇਆ, ਸਾਡੇ ਗੁਰੂ ਘਰ ਢਾਏ, ਅਤੇ ਐਵੇਂ ਉਹਨਾਂ ਨੇ ਬਾਬਰੀ ਮਸਜਿਦ ਢਾਈ। ਦੋਵੇਂ ਗੱਲਾਂ ਬਰਾਬਰ ਹੋ ਗਈਆਂ। ਉਹਦੇ ਮੁਕਾਬਲੇ ਉਸ ਕੌਮ ਨੇ ਕੋਈ ਗੱਲ ਕੀਤੀ ਹੋਵੇ ਕਿਸੇ ਕਿਸਮ ਦੀ, ਕੋਈ ਵੀ, ਕੁਛ ਗੱਲਾਂ ਹੋਈਆਂ ਨੇ ਜਿਹੜੀਆਂ ਕਿਸੇ ਵੱਡੀ ਮੂਮੈਂਟ ਨੂੰ ਸੂਟ ਨਹੀਂ ਕਰਦੀਆਂ ਹੈਗੀਆਂ। ਇਹ ਗੱਲ ਜਦੋਂ ਆਪਾਂ ਪ੍ਰਿੰਸੀਪਲ ਦੇ ਆਧਾਰ 'ਤੇ ਚੱਲੀਏ ਫਿਰ ਨਹੀਂ ਸੂਟ ਕਰਦੀਆਂ। ਉਹਦੇ ਮੁਕਾਬਲੇ ਸਾਡੇ ਦਰਬਾਰ ਸਾਹਿਬ 'ਤੇ ਜਿਹੜਾ ਹਮਲੇ ਦਾ ਚੀਫ ਜਨਰਲ ਸੀਗਾ ਅਰੁਣ ਕੁਮਾਰ ਵੈਦਿਆ, ਉਹਨੂੰ ਉਹਦੀ ਬਣਦੀ ਸਜ਼ਾ ਸੌਦਾ ਉਹਨੂੰ ਲਾਇਆ ਗਿਆ, ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਸੌਦਾ ਲਾਇਆ ਗਿਆ, ਮੁੱਖ ਮੰਤਰੀ ਇੱਕ ਸੰਦ ਵਜੋਂ ਇੱਥੇ ਯੂਜ ਕੀਤਾ ਉਹਨੂੰ ਸੌਦਾ ਲੱਗਾ। ਛੋਟੀ ਜਿਹੀ ਕੌਮ ਵਿਦਆਊਟ ਕਿਸੇ ਸੋਰਸਾਂ ਤੋਂ ਆਪਣੇ ਬਲਬੂਤੇ ਦੇ ਉੱਤੇ ਇੱਕ ਲੰਮਾ ਸਮਾਂ ਜੰਗ ਲੜ ਗਈ ਆ, ਬਹੁਤ ਵੱਡੀ, ਜਿਹੜੀ ਕਿ ਇੱਥੇ ਸੋਚਿਆ ਵੀ ਨਹੀਂ ਜਾ ਸਕਦਾ, ਜਦੋਂ ਤੱਕ ਨਿਗਾਹ ਜਾਂਦੀ ਉਦੋਂ ਤੱਕ ਬੰਦਾ ਦੇਖਦਾ ਹੈ। ਇਸ ਧਰਤੀ ਦੇ ਉੱਤੇ 35-35, 36-36 ਘੰਟੇ ਰੜੇ 'ਤੇ ਮੁਕਾਬਲਾ ਕਰਕੇ ਸਾਡੇ ਬੰਦੇ, ਅਸੀਂ ਫਾਈਟ ਕੀਤੀ ਹੈ ਇੰਡੀਆ ਸਟੇਟ ਨਾਲ ਗੱਡ ਕੇ, ਤਖ਼ਤ ਤੋਂ ਤਖ਼ਤ। ਔਰ ਜੇ ਕੋਈ ਇਹ ਗੱਲ ਕਹੇ ਵੀ ਤੁਹਾਡਾ, ਸਾਨੂੰ ਤਾਂ ਫਿਰ ਮਾਣ ਹੈ ਇਸ ਗੱਲ ਦਾ ਕਿ ਸਾਡੀ ਕੌਮ ਦਾ ਜਥੇਦਾਰ, ਘੱਟੋ ਘੱਟ ਸਾਡੇ ਜਿਹੜੇ ਜਥੇਦਾਰ ਰਹੇ ਨੇ ਉਹ ਇਸ ਉਹ ਸ਼ਹੀਦੀ ਹੋਏ ਆ ਲਗਭਗ, ਜਿਹੜੇ ਹੁਣ ਵੀ ਤੁਹਾਡਾ ਸਾਡਾ ਜਥੇਦਾਰ ਜੇ ਸਾਡੇ ਤੋਂ ਪਾਸੇ ਹੁੰਦਾ, ਸਾਡੀ ਕੌਮ ਦੀ ਹਾਮੀ ਨਾ ਭਰਦਾ, ਸਾਡੇ ਸ਼ਹੀਦਾਂ ਦੀ ਹਾਮੀ ਨਾ ਭਰਦਾ ਹੁੰਦਾ, ਸਟੇਟ ਦੀ ਹਾਮੀ ਭਰਦਾ ਹੁੰਦਾ ਅਤੇ ਜਿਉਂਦਾ ਹੁੰਦਾ, ਉਹਨੇ ਸਾਡੇ ਲੋਕਾਂ ਦੀ ਹਾਮੀ ਭਰੀ, ਸਾਡੇ ਸ਼ਹੀਦਾਂ ਪਰਿਵਾਰਾਂ ਦੀ ਹਾਮੀ ਭਰੀ, ਸਾਡੇ ਲੋਕਾਂ ਦੀ ਹਾਮੀ ਭਰੀ ਅਤੇ ਉਹਨੂੰ ਸ਼ਹੀਦ ਕੀਤਾ ਸਟੇਟ ਨੇ। ਇਹ ਨਹੀਂ ਵੀ ਤੁਹਾਡਾ ਜਥੇਦਾਰ, ਸਾਡਾ ਜਥੇਦਾਰ ਤਾਂ ਸ਼ਹੀਦ ਕੀਤਾ ਵੀ ਸਾਡਾ ਜਥੇਦਾਰ ਉਸ ਲਾਇਕ ਸੀ, ਉਸ ਪਦਵੀ 'ਤੇ ਸੀ, ਉਸ ਪੁਜੀਸ਼ਨ 'ਤੇ ਸੀਗਾ, ਐਵੇਂ ਕੋਈ ਮੱਠ ਦਾ ਪੁਜਾਰੀ ਥੋੜ੍ਹਾ ਸੀ ਵੀ ਉਹਨੂੰ 4 ਹਾਰ ਪਾ ਕੇ ਨਿਵਾਜ ਦਿੱਤਾ ਗਿਆ। ਬਿਲਕੁਲ, ਰਹੀ ਗੱਲ ਇਹ ਵੀ ਤੁਸੀਂ ਇਹ ਗੱਲ ਕਹੋ ਵੀ ਤੁਸੀਂ ਕੀ ਕਰ ਲਿਆ, ਮਤਲਬ ਜੇ ਕੋਈ ਤਾਨਾ ਮਾਰੇ, ਹਾਂ ਜੇ ਕੋਈ ਤਾਨਾ ਮਾਰੇ, ਉਹਦਾ ਇਹ ਬਣਦਾ ਆ ਵੀ ਕਈ ਗੱਲਾਂ ਦਾ ਆਪਾਂ ਨੂੰ ਇਹ ਪਤਾ ਨਹੀਂ ਲੱਗਦਾ ਵੀ ਕਿਹੜੇ ਬੰਦੇ ਨੇ ਸ਼ਹੀਦ ਕੀਤਾ, ਕਿਹਨੇ ਕੀਤਾ। ਹੁਣ ਉਹ ਬੰਦੇ ਮਰ ਗਏ, ਕੁਛ ਪਤਾ ਹੀ ਹੋਣ ਲੱਗਾ, ਹੁਣ ਇਸ ਸਮੇਂ ਹਥਿਆਰਬੰਦ ਮੂਵਮੈਂਟ ਨਹੀਂ ਚੱਲ ਰਹੀ, ਉਦੋਂ ਪਤਾ ਲੱਗ ਜਾਂਦਾ ਅਤੇ ਸੋਧ ਦਿੱਤਾ ਜਾਂਦਾ, ਇਹ ਗੱਲ ਪੱਕੀ ਹੈ। ਜਿਵੇਂ ਘੱਟੋ ਘੱਟ ਭਾਈ ਗੁਰਦੇਵ ਸਿੰਘ ਕੌਂਕੇ ਦੇ ਕਾਤਲ ਤਾਂ ਕਦੀ ਵੀ ਨਹੀਂ ਬਚ ਸਕਦੇ, ਜੇ ਉਦੋਂ ਉਹਨਾਂ ਦਿਨਾਂ 'ਚ ਹੁੰਦਾ ਵੀ ਇਹਨਾਂ ਨੇ ਆਹ ਕੀਤਾ ਹੈ, ਇਹ ਕਈ ਵਾਰੀ ਇਹ ਗੱਲਾਂ ਨਹੀਂ ਪਤਾ ਲੱਗਦੀਆਂ। ਹੁਣ ਇਕੱਲਾ ਇਸ ਗੱਲ ਕਰਕੇ ਤਾਂ ਨਹੀਂ ਮਾਰਿਆ ਜਾ ਸਕਦਾ ਵੀ ਇਹ ਪੁਲਿਸ ਵਾਲਾ, ਇਹ ਤਾਂ ਗੱਲ ਬਿਲਕੁਲ ਹੀ ਸਾਡੇ ਅਸੂਲਾਂ ਦੀ ਖਿਲਾਫ ਸੀ ਵੀ ਇੱਕ ਪੁਲਿਸ ਵਾਲਾ ਤੁਹਾਨੂੰ ਮਾਰ ਦਿਉ, ਇਹ ਗੱਲ ਤਾਂ ਬਿਲਕੁਲ ਹੀ ਗਲਤ ਸੀਗੀ। ਗੱਲ ਇਹ ਹੁੰਦੀ ਸੀ ਵੀ ਇਸ ਬੰਦੇ ਨੇ ਕੀ ਕੀਤਾ, ਭਾਵੇਂ ਉਹ SSP ਭਾਵੇਂ ਉਹ IGAD ਕੁਛ ਵੀ ਆ, ਉਹ ਪੁਲਿਸ ਵਾਲਾ, ਪੁਲਿਸ ਵਾਲਾ ਹੋਣ ਦਾ ਮਤਲਬ ਇਹ ਨਹੀਂ ਵੀ ਉਹਨੂੰ ਮਾਰ ਦਿੱਤਾ ਜਾਏ, ਇਹ ਤਾਂ ਗੱਲ ਬਿਲਕੁਲ ਹੀ ਰੌਂਗ ਸੀ। ਜੇ ਉਦੋਂ ਪਤਾ ਹੁੰਦਾ ਵੀ ਸਵਰਨ ਸਿੰਘ ਘੋਟਨੇ ਨੇ ਹੀ ਜਥੇਦਾਰ ਸਾਹਿਬ ਨੂੰ ਸ਼ਹੀਦ ਕੀਤਾ ਤਾਂ ਬਿਲਕੁਲ ਉਹ ਮਾਰਿਆ ਜਾ ਸਕਦਾ ਸੀ। ਜਾਂ ਦੂਜੀ ਗੱਲ, ਅਸੀਂ ਕੁਛ ਬੰਦੇ ਜਿਹੜੇ ਮੰਨ ਲਓ ਵੀ ਅਸੀਂ ਕਿਸੇ ਨੂੰ ਮਾਰਨਾ ਚਾਹੁੰਦੇ ਹਾਂ ਅਤੇ ਉਹ ਬੰਦਾ ਬਚ ਜਾਂਦਾ, ਇੱਕ ਪਾਸੇ ਪੂਰੀ ਸਟੇਟ ਇੱਕ ਬੰਦੇ ਨੂੰ ਮਾਰਨਾ ਚਾਹੁੰਦੀ ਉਹ ਵੀ ਬਚ ਜਾਂਦਾ, ਇਹ ਤਾਂ ਉਹਦਾ ਕ੍ਰਿਸ਼ਮ ਹੈ ਨਾ, ਉਹਨੂੰ ਤਾਂ ਉਹਦੇ ਸ਼ਰੀਕ 'ਤੇ ਨਹੀਂ ਬਣਿਆ ਜਾ ਸਕਦਾ। ਕੁਛ ਗੱਲਾਂ ਐਵੇਂ ਹੁੰਦੀਆਂ ਨੇ। ਤੁਸੀਂ ਵੇਖੋ
ਜਿੰਨਾ ਚਿਰ ਸਵਰਨ ਘੋਟਨੇ ਦੀਆਂ ਪੀੜ੍ਹੀਆਂ ਰਹਿਣਗੀਆਂ ਉਹ ਦੇਣ ਦੇਣ ਰਹਿਣਗੀਆਂ ਪੰਥ ਦੀਆਂ, ਅਤੇ ਗਦਾਰ ਵਜੋਂ ਉਹਨਾਂ ਦਾ ਨਾਂ ਆਉਂਦਾ ਹੀ ਰਹੂਗਾ। ਜੇ ਉਹ ਮਾਰ ਦਿੱਤੇ ਜਾਂਦੇ ਸ਼ਾਇਦ ਹਿਸਾਬ ਬਰਾਬਰ ਹੋ ਜਾਂਦਾ, ਕਿਉਂਕਿ ਉਹਨੂੰ ਬਹੁਤ ਕੁਛ ਹੋਰ ਮਨਜ਼ੂਰ ਹੁੰਦਾ। ਬਹੁਤ ਲੋਕਾਂ ਨੂੰ ਆਪਾਂ ਟਾਰਗੇਟ ਕਰਨ ਗਏ ਨਹੀਂ ਹੋਏ ਅਤੇ ਬਾਅਦ 'ਚ ਉਹਨਾਂ ਦਾ ਹਸ਼ਰ ਬਹੁਤ ਭੈੜਾ ਹੋਇਆ, ਅਤੇ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਹੁੰਦਾ ਕਈ ਵਾਰੀ। ਪਰ ਇਸ ਗੱਲ ਤੰਨਾ ਜਿਹੜਾ ਆ ਵੀ ਤੁਹਾਡੇ ਤੁਸੀਂ ਜਹਿਦਾਰ ਇਨਸਾਫ਼ ਨਹੀਂ ਲੈ ਸਕੇ, ਉਹਦੇ 'ਚ ਕੀ ਆ? ਉਹ 'ਚ ਅਸੀਂ ਲੜਨ ਵਾਲੀ ਧਿਰ ਸੀਗੇ, ਸਾਡੇ ਡੁੱਲੇ ਹੋਏ ਖੂਨ ਦੇ ਉੱਤੇ ਜਿਹੜੀ ਸਰਮੌਰ ਜਥੇਬੰਦੀ ਦੇ ਸੰਸਥਾ ਸੀ ਉਹਨਾਂ ਨੇ ਇੱਕ ਸਰਕਾਰ ਬਣਾਈ, ਅਤੇ ਸਭ ਤੋਂ ਵੱਡਾ ਧੋਖਾ ਸਾਡੇ ਨਾਲ ਉਹ ਸਰਕਾਰ ਨੇ ਕੀਤਾ ਜਿਹੜੀ ਕਹਿੰਦੀ ਸੀ ਵੀ ਅਸੀਂ ਪੰਥਕ ਸਰਕਾਰ ਹਾਂ, ਜਿਹੜੇ ਅੱਜ ਤੱਕ ਇਸ ਗੱਲ ਦਾ ਦਾਅਵਾ ਕਰਦੇ ਨੇ। ਸਭ ਤੋਂ ਵੱਧ ਸਾਡਾ ਨੁਕਸਾਨ ਉਹਨਾਂ ਨੇ ਕੀਤਾ, ਔਰ ਇਹ ਗੱਲ ਕਦੀ ਭੁਲਾਈ ਨਹੀਂ ਜਾ ਸਕਦੀ, ਕਦੀ ਵੀ ਨਹੀਂ। ਔਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ, ਅੱਜ ਇਹ ਮੁੱਦਾ ਕਿਉਂ ਉੱਠਿਆ? ਇਹ ਗੱਲ ਬੜੀ ਸੋਚਣ ਵਾਲੀ ਹੈ ਜੀ। ਅੱਜ ਇਹ ਮੁੱਦਾ ਇਸ ਕਰਕੇ ਉੱਠਿਆ ਵੀ ਸਾਡੇ ਲਈ ਅਕਾਲੀ, ਸਾਡੇ ਅਕਾਲੀ ਨਹੀਂ ਸੋਰੀ ਬਾਦਲ ਫੈਮਿਲੀ ਸਾਡੀ ਦੁਸ਼ਮਣ ਹੋ ਸਕਦੀ ਹੈ ਸਾਡੇ ਲਈ ਵੀ ਉਹਨਾਂ ਨੇ ਗੁਨਾਹ ਕੀਤੇ ਨੇ, ਪਰ ਸਟੇਟ ਨਹੀਂ, ਸਟੇਟ ਲਈ ਨਹੀਂ ਆ, ਸਟੇਟ ਲਈ ਸਟੇਟ ਦੇ ਦੁਸ਼ਮਣ ਹੀ ਨੇ ਉਹ ਵੀ। ਇਹ ਗੱਲ ਉਹਨਾਂ ਨੂੰ ਕਦੋਂ ਪਤਾ ਲੱਗ ਜੇ? ਇਹ ਗੱਲ ਬਿਲਕੁਲ ਨਹੀਂ ਹੈ। ਇਹ ਵੀ ਉੱਦਾਂ ਹੀ ਮਾਰੇ ਜਾਣਗੇ ਜਿੱਦਾਂ ਅਸੀਂ ਮਾਰੇ ਜਾਣਾ, ਇਹ ਨਹੀਂ ਹੈ ਵੀ ਇਹਨਾਂ ਨਾਲ ਰਿਆਇਤ ਹੋਊਗੀ, ਬਿਲਕੁਲ ਇਹ ਗੱਲ ਬਿਲਕੁਲ ਨਹੀਂ ਹੋਊਗੀ। ਹੋ ਸਕਦਾ ਸਾਡੇ ਨਾਲੋਂ ਭੈੜੀ ਮੌਤ 'ਤੇ ਮਰਨ, ਸਮਝੋ ਮੇਰੀ ਗੱਲ। ਦਿੱਲੀ 'ਚ ਜਦੋਂ ਸਿੱਖ ਕਤਲੇਆਮ ਹੁੰਦਾ ਆ, ਕਿਹੜਾ ਉੱਥੇ ਉਹਨਾਂ ਨੇ ਫੌਜ ਦੇ ਬੰਦੇ ਮਾਰ ਦਿੱਤੇ ਜੀ? ਬਿਲਕੁਲ ਤੁਸੀਂ ਵੇਖੋ ਗੱਲ, ਜਿਹਦੇ ਉੱਤੇ ਸਟੇਟ ਦੀ ਇੱਕ ਮਾਣ ਕਰਦੀ ਹੈ, ਜੈ ਜਵਾਨ ਜੈ ਕਿਸਾਨ ਵਾਲੀ ਜਿਹੜੀ ਗੱਲ, ਉਹਨਾਂ ਲੋਕਾਂ ਨੂੰ ਮਾਰਦਾ, ਰਾਸ਼ਟਰਪਤੀ ਦੀ ਗੱਡੀ ਨੂੰ ਵੱਟੇ ਤੱਕ ਮਾਰ ਦਿੱਤੇ ਗਏ ਸਿੱਖ ਹੋਣ ਕਰਕੇ। ਜੇ ਦੇਸ਼ ਦਾ ਰਾਸ਼ਟਰਪਤੀ ਇੱਕ ਸਿੱਖ ਹੋਣ ਕਰਕੇ ਸੇਫ ਨਹੀਂ ਹੈ, ਇਹ ਕਿਵੇਂ ਸੇਫ ਰਹਿ ਜਾਣਗੇ? ਹੁਣ ਮਸਲਾ ਇੱਥੇ ਇਹ ਆ ਕਿ ਇਹਨਾਂ ਨੇ ਭਾਵੇਂ ਸਾਡੇ ਨਾਲ ਬਹੁਤ ਗਦਾਰੀਆਂ ਕੀਤੀਆਂ ਨੇ, ਪਰ ਸਟੇਟ ਇਹਨਾਂ ਨੂੰ ਵੀ ਸਾਡੇ ਵਾਂਗੂ ਲੈਂਦੀ ਹੈ ਵੀ ਇਹ ਜਿਹੜੀ ਸਿੱਖ ਲੀਡਰਸ਼ਿਪ ਆ ਪੰਜਾਬ ਦੇ ਵਿੱਚ ਉਹ ਜਾਂ ਤਾਂ ਸਾਡੀ ਹੈ, ਤਾਂ ਇਹ ਪਹਿਲਾਂ ਵੀ ਥੱਲੇ ਲੰਮੇ ਪਏ ਸੀ, ਪਰ ਉਹ ਚਾਹੁੰਦੇ ਨੇ ਵੀ ਜਿਹੜਾ ਮਾੜਾ ਮੋਟਾ ਕੋਈ ਸਿਰ ਚੁੱਕਦਾ ਉਹ ਵੀ ਬਿਲਕੁਲ ਪਾਣੀ ਵਾਂਗੂ ਥੱਲੇ ਲੱਗ ਜਾਣ, ਸਾਡੇ ਤਰੀਕੇ ਨਾਲ ਚੱਲਣ, ਉਹ ਸਟੇਟ ਚਾਹੁੰਦੀ ਆ। ਹੁਣ ਤਾਂ ਇਹਨਾਂ ਨਾਲ ਸਮਝੌਤਾ ਨਹੀਂ ਕਰ ਰਹੇ, ਉੱਥੇ ਜਾ ਕੇ ਸਮਝੌਤਾ ਕਰਨਗੇ ਜਿੱਥੇ ਬਿਲਕੁਲ ਪਲੇਨ ਹੋਰ ਜਿਹੜਾ ਸਿੱਖੀ ਦਾ ਕੋਈ ਅਦਾਰਾ ਰਹਿੰਦਾ ਉਹ ਵੇਚ ਦੇਣਗੇ ਸਾਰਾ ਕੁਛ। ਫਿਰ ਵੀ ਉਹਨਾਂ ਨੂੰ ਡਰ ਆ ਵੀ ਸਟੇਟ ਦੇ ਵਿੱਚ ਅਕਾਲੀ ਸਿਆਸਤ ਉੱਠਣੀ ਨਹੀਂ ਚਾਹੀਦੀ, ਇਹ ਮੁੱਦਾ ਤਾਂ ਉੱਠਿਆ ਆ, ਸਮਝੋ ਮੇਰੀ ਗੱਲ ਨੂੰ। ਬੇਸ਼ੱਕ ਮੈਂ ਨਿੱਜੀ ਤੌਰ 'ਤੇ ਕਹਿੰਦਾ ਵੀ ਮੈਂ ਉਹਨਾਂ ਦੇ ਬਹੁਤ ਖਿਲਾਫ਼ ਹਾਂ, ਪਰ ਜੇ ਤੁਸੀਂ ਸੈਂਟਰ ਦੀ ਪੋਲਿਸੀ ਦੇਖੋ ਤਾਂ ਸੈਂਟਰ ਦੀ ਪੋਲਿਸੀ ਇਹ ਵੀ ਪੰਜਾਬ ਦੇ ਵਿੱਚੋਂ ਅਕਾਲੀ ਸਿਆਸਤ ਬਿਲਕੁਲ ਉਹ ਖਤਮ ਹੋਣੀ ਚਾਹੀਦੀ ਹੈ। ਖੇਤਰੀ ਪਾਰਟੀ ਅਕਾਲੀ ਗੌਰਮੈਂਟ ਸੀਗੀ, ਬਿਲਕੁਲ ਅਕਾਲੀ ਪਾਰਟੀ ਸੀ, ਅਕਾਲੀ ਪਾਰਟੀ ਦਾ ਰੰਦਾ ਫੇਰ ਦਿਉ, ਰੰਡ ਮੁੰਡ ਕਰ ਦਿਉ, ਉਸ ਤੋਂ ਬਾਅਦ ਕੌਣ ਰਹਿ ਜੂਗਾ? ਦੋਨੋਂ ਪਾਰਟੀਆਂ ਜਿਹੜੀਆਂ ਉੱਥੋਂ ਚੱਲਦੀਆਂ ਨੇ ਦਿੱਲੀ ਦੇ ਤਖ਼ਤ ਤੋਂ, ਕਾਂਗਰਸ ਅਤੇ BJP, ਉਹਨਾਂ ਦਾ ਆਪੇ 'ਚ ਕੋਈ ਕਲੇਸ਼ ਹੋ ਸਕਦਾ ਥੋੜ੍ਹੀਆਂ ਵਾਲੀਆਂ ਗੱਲਾਂ 'ਤੇ, ਪਰ ਇਹ ਥੋੜ੍ਹਾ ਵੀ ਉਹ ਸਾਡੇ ਤਖ਼ਤ ਨੂੰ ਲੈ ਕੇ ਗੰਭੀਰ ਨੇ, ਸਾਡੇ ਤਖ਼ਤ ਨੂੰ ਲੈ ਕੇ ਅਤੇ ਉਹ ਉਨੇ ਹੀ ਵਿਰੋਧੀ ਨੇ ਜਿੰਨੀ ਕਾਂਗਰਸ ਆ। ਹਾਲਾਂਕਿ ਉਹ ਲਿਖਦੇ ਨੇ ਆਪਣੀਆਂ ਬੁੱਕਾਂ ਦੇ ਵਿੱਚ ਕਿ ਇੰਦਰਾ ਗਾਂਧੀ ਦਰਬਾਰ ਸਾਹਿਬ 'ਤੇ ਹਮਲਾ ਨਹੀਂ ਸੀ ਕਰਨਾ ਚਾਹੁੰਦੀ, ਅਸੀਂ ਕਰਾਇਆ, ਅਸੀਂ ਜ਼ੋਰ ਨਾਲ ਕਰਾਇਆ, ਇਹਨਾਂ ਲੋਕਾਂ ਨੇ ਮਾਰਚ ਕੱਢੇ, ਇਹਨਾਂ ਲੋਕਾਂ ਨੇ ਬਹੁਤ ਕੁਝ ਕੀਤਾ। ਜਿਹੜੇ ਲੋਕ ਅੱਜ ਦਿੱਲੀ ਦੇ ਤਖ਼ਤ 'ਤੇ ਨੇ ਇਹਨਾਂ ਨੇ ਕੀਤਾ, ਇਹਨਾਂ ਨੇ ਸਭ ਤੋਂ ਵੱਧ। ਮੈਂ ਤੁਹਾਨੂੰ ਇਹ ਗੱਲ ਦੱਸਦਾ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਮਾਣਯੋਗ ਨੇ, ਹੁਣ ਉਹਨਾਂ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਉੱਤੇ ਹਮਲਾ ਕਰਨਾ ਇਹ ਬਹੁਤ ਵੱਡਾ ਕਲੰਕ ਸੀਗਾ। ਠੀਕ, ਹੁਣ ਜੇ ਕਲੰਕ ਹੈ ਤੇ ਉਹਨਾਂ ਕਲੰਕ ਬੰਦਿਆਂ ਨੂੰ ਸਾਡੇ ਬੰਦਿਆਂ ਨੇ ਸੋਧਾ ਲਾਇਆ, ਹੁਣ ਜਾਂ ਤਾਂ ਉਹ ਕਲੰਕ ਨੇ
ਤੇ ਜਾਂ ਫਿਰ ਉਹ ਤਾਂ ਦੋਵਾਂ ਨੂੰ, ਹੁਣ ਤੁਸੀਂ ਇੱਥੇ ਵੇਖੋ ਉਹ ਪੋਲੀਟੀਕਲ ਬਿਆਨ ਹੋ ਗਿਆ, ਹੁਣ ਉਹ ਕਹਿ ਰਹੇ ਨੇ ਵੀ ਬਲਵੰਤ ਸਿੰਘ ਜਿਹੜਾ ਆ ਉਹ ਮਾਫ਼ੀ ਮੰਗੇ। ਬਲਵੰਤ ਸਿੰਘ ਮਾਫ਼ੀ ਕਿਉਂ ਮੰਗੇ? ਉਹਨੇ ਤਾਂ ਉਹ ਬੰਦਾ ਮਾਰਿਆ ਜਿਹਨੂੰ ਤੁਸੀਂ ਕਲੰਕ ਕਹਿ ਰਹੇ ਹੋ। ਹਾਂ ਬਿਲਕੁਲ। ਸੋ ਇੱਥੋਂ ਦੋਰੀ ਨੀਤੀ ਹੋ ਗਈ ਨਾ, ਦੋਰੇ ਵੋਟ ਪੋਲਿਟਿਕਸ ਦੇ ਵਿੱਚ ਉਹ ਕਹਿੰਦੇ ਨੇ ਵੀ ਦਰਬਾਰ ਸਾਹਿਬ ਵੀ ਅਟੈਕ ਕੀਤਾ, ਗਲਤ ਹੋਇਆ। ਹਾਂਜੀ ਹਾਂ ਹਾਂ, ਪਰ ਉਂਝ ਨਹੀਂ, ਉਂਝ ਇੱਕੋ ਹੀ ਆ ਸਾਡੇ ਲਈ, ਇਸ ਖਿੱਤੇ ਲਈ। ਸਭ ਤੋਂ ਮੈਂ ਤੁਹਾਨੂੰ ਗੱਲ ਦੱਸਾਂ, ਪੰਜਾਬ ਦੀ ਧਰਤੀ ਲਈ ਦਿੱਲੀ ਦਾ ਤਖ਼ਤ ਸਦਾ ਹੀ ਮੈਲੀ ਅੱਖ ਰਹੀ ਆ ਅਤੇ ਹੁਣ ਵੀ ਹੈ। ਸਿੱਖਾਂ ਨੂੰ ਸਮਝ, ਕੁਛ ਲੋਕਾਂ ਨੂੰ ਸਮਝ ਆ, ਸਾਰਿਆਂ ਨੂੰ ਸਮਝ ਨਹੀਂ ਹੈ, ਕੁਛ ਲੋਕਾਂ ਨੂੰ ਸਮਝ ਆ। ਸਾਡੇ ਵਿੱਚ ਕੀ ਕਰ ਦਿੱਤਾ ਕਿ ਰਾਸ਼ਟਰਵਾਦ ਅਤੇ ਦੇਸ਼, ਲੋਕਾਂ 'ਚ ਇਹ ਸਪਿਰਿਟ ਭਰ ਦਿੱਤੀ ਗਈ ਵੀ ਤੁਹਾਡੇ ਲਈ ਜਿਹੜੇ ਪੁਲਿਸ ਵਾਲੇ ਸਾਡੇ 'ਤੇ ਜ਼ੁਲਮ ਕਰਦੇ ਸੀ, ਹੁਣ ਇਹ ਗੱਲ ਬੜੀ ਖਤਰਨਾਕ ਆ ਵੀ ਇੱਕ ਸੋਢੀ ਬੰਦਾ ਜਿਹੜਾ ਜਥੇਦਾਰ ਦੇ ਟੁਕੜੇ ਕਰ ਰਿਹਾ, ਸੋਢੀ ਜਥੇਦਾਰ ਦੇ ਟੁਕੜੇ ਕਰ ਰਿਹਾ, ਤੁਸੀਂ ਦੇਖੋ ਉਹ ਨਾ ਤਾਂ ਮੁਗਲ ਆ, ਨਾ ਅੰਗਰੇਜ਼ ਆ, ਨਾ ਕਿਸੇ ਹੋਰ ਧਰਮ ਦਾ ਬੰਦਾ ਹੈ, ਸਿੱਖ ਹੈ ਨਾ, ਸਿੱਖ ਹੈ, ਅਤੇ ਆਪਣੇ ਜਥੇਦਾਰ ਦੇ ਟੁਕੜੇ ਕਰ ਰਿਹਾ। ਭਲਾ ਕਿਉਂ ਕਰ ਰਿਹਾ? ਉਹਨੂੰ ਇੰਝ ਲੱਗਦਾ ਵੀ ਧਰਮ ਥੱਲੇ ਆ ਅਤੇ ਮੈਂ ਇਦੋਂ ਵੀ ਵੱਡਾ ਪੁੰਨ ਕਰ ਰਿਹਾ ਵੀ ਇਹ ਦੇਸ਼ ਹਿੱਤ 'ਚ ਆ, ਸਮਝੋ ਮੇਰੀ ਗੱਲ, ਜਦੋਂ ਕਿ ਸਿੱਖਾਂ ਲਈ ਦੇਸ਼ ਕੋਈ ਦੇਸ਼ ਹਿੱਤ ਨਹੀਂ ਹੈ, ਸਿੱਖਾਂ ਲਈ ਜ਼ੁਲਮ ਅਤੇ ਜਿਹੜੇ ਲੋਕ ਮਜ਼ਲੂਮ ਨੇ, ਜ਼ਾਲਮ ਅਤੇ ਮਜ਼ਲੂਮ ਦੀ ਇੱਕ ਬਿਲਕੁਲ ਵਾਲ ਜਿੰਨੀ ਵਿੱਥ ਆ ਉਹਦੇ ਉੱਥੇ ਸਿੱਖ ਨੇ ਫੈਸਲਾ ਕਰਨਾ। ਜਦੋਂ ਮਜ਼ਲੂਮ ਹਿੰਦੂ ਸੀ ਸਾਡੇ ਵੱਡੇ ਹਿੰਦੂਆਂ ਨਾਲ ਖੜ੍ਹੇ, ਇਹਨਾਂ ਦੇ ਧਰਮ ਬਚਾਉਣ ਲਈ, ਇਹਨਾਂ ਦੀ ਸਾਰਾ ਕੁਛ ਕਰਨ ਲਈ, ਉਹ ਸਾਰੀ ਦੁਨੀਆ ਨੂੰ ਪਤਾ ਹੈ, ਆਪਣੇ ਸਿਲੇਬਸ ਚੇਂਜ ਕਰ ਰਹੇ ਨੇ, ਗੁਰੂ ਸਾਹਿਬ ਨੂੰ ਚੋਰੀ ਦੇ ਮੁਕੱਦਮੇ ਦੱਸ ਰਹੇ ਨੇ, ਇਹ ਸਟੇਟ ਦੱਸ ਰਹੀ ਆ, ਇੰਡੀਆ ਦੀ ਸਟੇਟ ਸਿਲੇਬਸ 'ਚ ਬਦਲ ਰਹੀ ਆ। ਸੋ ਮੈਂ ਤੁਹਾਨੂੰ ਜਿਹੜੀ ਗੱਲ ਉੱਥੇ ਆਪਾਂ ਆਵਾਂਗੇ, ਮੈਂ ਤੁਹਾਨੂੰ ਜਿਹੜੀ ਗੱਲ ਦੱਸਣਾ ਚਾਹੁੰਦਾ, ਇਹ ਕੀ ਕਰ ਰਹੇ ਨੇ? ਇਹ ਕਰ ਰਹੇ ਨੇ ਵੀ ਜਿਹੜਾ ਬੰਦਾ ਦੇਸ਼ ਦੇ ਖਿਲਾਫ ਹੈ ਉਹਨੂੰ ਮਾਰਨਾ ਧਰਮ ਨਾਲੋਂ ਇੱਕ ਹੋਰ ਵੱਡਾ ਕੋਈ ਪੁੰਨ ਦਾ ਕੰਮ ਆ। ਉਹ ਮੂਰਖ ਲੋਕੋ, ਧਰਮ ਤੁਹਾਡੇ ਲਈ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਤੁਹਾਡੇ ਲਈ, ਦਰਬਾਰ ਸਾਹਿਬ ਤੁਹਾਡੇ ਲਈ, ਉਹ ਕੜਿਆਂ ਕਸ਼ਹਿਰਿਆਂ ਚੋਲਿਆਂ ਨੀਲਿਆਂ ਬਾਣਿਆਂ ਵਾਲੇ ਲੋਕ ਜਿਹੜੇ ਧਰਮ ਦਾ ਪ੍ਰਚਾਰ ਕਰਦੇ ਸੀ, ਤੁਸੀਂ ਉਹਨਾਂ ਦੇ ਟੋਟੇ ਟੋਟੇ ਕਰ ਦਿੱਤੇ, ਕਿਹੜੇ ਦੇਸ਼ ਲਈ? ਜਿਹੜੇ ਦੇਸ਼ ਨੇ ਤੁਹਾਨੂੰ ਫਿਰ ਸਜ਼ਾ ਦਿੱਤੀ, ਤੁਸੀਂ ਫਿਰ ਜੇਲ੍ਹਾਂ 'ਚ ਰਹੇ, ਰਹੇ ਕਿ ਨਹੀਂ ਰਹੇ ਪੁਲਿਸ ਵਾਲੇ? ਰਹੇ ਨੇ ਨਾ, ਬਿਲਕੁਲ ਰਹੇ ਨੇ। ਕਹਿੰਦੇ ਜੇਕਰ ਉਹ ਫਾਈਲ ਖੁੱਲ੍ਹਦੀ ਆ, ਰਿਪੋਰਟ ਖੁੱਲ੍ਹਦੀ, ਅੱਜ ਵੀ ਕਈ ਅਫਸਰ ਜਾਂਦੇ ਨੇ, ਤਾਂ ਉਹਨਾਂ ਨੂੰ ਸਜ਼ਾ ਹੋ ਸਕਦੀ ਆ? ਨਹੀਂ, ਦੇਖੋ ਮੈਂ ਤੁਹਾਨੂੰ ਇਹ ਗੱਲ ਦੱਸਦਾ, ਬੜੀ ਮੁਸ਼ਕਲ ਗੱਲ ਆ ਬਈ ਸਜ਼ਾ ਹੋਵੇ ਕਿਸੇ ਨੂੰ। ਤੁਸੀਂ ਇਹ ਵੇਖੋ, ਸਜ਼ਾ ਹੋ ਗਈ ਅਫਸਰਾਂ ਨੂੰ। ਕਲਕੱਤੇ ਦੇ ਵਿੱਚ ਸਾਡਾ ਇੱਕ ਸਿੰਘ, ਉਹਦਾ ਬੱਚਾ, ਉਹਦੀ ਧਰਮ ਪਤਨੀ ਭੰਮੇ ਕਲਾਂ ਤੋਂ ਸਿੰਘ ਸਾਡਾ ਬਸ਼ੀਰ ਮੁਹੰਮਦ ਅਤੇ ਉਹਨਾਂ ਦਾ ਨਾਂ ਲਛਮਣ ਸਿੰਘ ਸ਼ਾਇਦ, ਅਤੇ ਉਹਨਾਂ ਨੂੰ ਸ਼ਹੀਦ ਕਰ ਦਿੰਦੇ ਨੇ। ਜੋਤੀ ਬਾਸੂ ਦੀ ਸਰਕਾਰ ਸੀ, ਉਹਨਾਂ ਨੂੰ ਫੜ ਲੈਂਦੇ ਨੇ, ਉਮਰ ਕੈਦ ਹੋ ਜਾਂਦੀ ਆ, ਲੰਮੀ ਸਟੋਰੀ ਆ, ਉਮਰ ਕੈਦ ਹੁੰਦੀ ਆ। ਥੋੜ੍ਹੇ ਦਿਨਾਂ ਬਾਅਦ ਰਾਸ਼ਟਰਪਤੀ ਤੋਂ ਸਪੈਸ਼ਲੀ ਗਵਰਨਰ ਤੋਂ ਮਾਫ਼ੀ ਦਵਾ ਕੇ ਐਸ ਐਸ ਪੀ ਲਾ ਦਿੰਦੇ ਨੇ ਇੱਥੇ ਲਿਆ ਕੇ। ਕੀ ਕਰੋਗੇ ਸਜ਼ਾ ਦਵਾ ਕੇ? ਤੁਸੀਂ ਕਿਹਨੂੰ ਸਜ਼ਾ ਦਵਾਉਣ ਦੀ ਗੱਲ ਕਰ ਰਹੇ ਹਾਂ? ਜਿਹੜੇ ਲੋਕਾਂ ਨੂੰ ਬਾਦਲ ਮੁੱਖ ਮੰਤਰੀ ਬਾਦਲ ਜਿਹੜਾ ਮਰ ਗਿਆ, ਹੁਣ ਸੰਸਾਰ ਤੋਂ ਚਲੇ ਗਿਆ, ਉਸ ਬੰਦੇ ਨੇ ਇਹ ਗੱਲ ਲੋਕਾਂ ਨਾਲ ਕਹੀ ਕਿ ਅਸੀਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਇੱਥੇ ਤਗਮੇ ਲਏ ਨੇ ਸਾਡੇ ਮੁੰਡੇ ਮਾਰ ਕੇ, ਅਸੀਂ ਇਨਸਾਫ਼ ਕਰਾਂਗੇ ਆਪਣੀ ਕੌਮ ਨਾਲ, ਅਤੇ ਆਉਣ ਸਾਰ ਉਹਨਾਂ ਨੇ ਕੀ ਕੀਤਾ, ਇਜ਼ਹਾਰ ਆਲਮ ਨੂੰ
ਆਪਣੀ ਪਾਰਟੀ 'ਚ ਲਿਆ, ਉਹਨਾਂ ਨੂੰ ਟਿਕਟ ਦਿੱਤੀ, ਅਹੁਦੇ ਤਾਂ ਦਿੱਤੇ ਹੀ ਦਿੱਤੇ, ਚਲੋ ਜੋ ਵੀ ਸੀ, ਫਿਰ ਉਹਨੂੰ ਆਪਣਾ ਏਲ ਚੀਫ ਬਣਾ। ਅੱਜ ਤੁਹਾਡੇ ਚੈਨਲ 'ਤੇ ਪਹਿਲੀ ਵਾਰੀ ਇਹ ਗੱਲ ਜਾਊਗੀ, ਇਹਨੂੰ ਤੁਸੀਂ ਹਾਈਲਾਈਟ ਕਰਕੇ ਲੋਕਾਂ ਨੂੰ ਵਿਖਾਉਣਾ ਆ ਕਿ ਇਜ਼ਹਾਰ ਆਲਮ ਨਾਭੇ ਦੀ ਜੇਲ੍ਹ 'ਚ ਜਾਂਦਾ, ਕਿਹਦੇ ਵੱਲੋਂ ਜਾਂਦਾ? ਅਕਾਲੀਆਂ ਵੱਲੋਂ ਜਾਂਦਾ। ਸੈਂਟਰ ਅਤੇ ਅਕਾਲੀਆਂ ਵੱਲੋਂ ਸਾਂਝੇ ਰੂਪ ਦੇ ਵਿੱਚ ਇਜ਼ਹਾਰ ਆਲਮ ਜੇਲ੍ਹ ਦੇ ਵਿੱਚ ਜਾਂਦਾ ਅਤੇ ਜੇਲ੍ਹ ਦੇ ਵਿੱਚ ਜਾ ਕੇ ਸਾਡੇ ਨਾਲ ਉਹ ਗੱਲ ਕਰਦਾ ਵੀ ਤੁਸੀਂ ਜੇ ਤੁਹਾਨੂੰ ਤੁਸੀਂ ਇਹ ਕਹੋ ਕਿ ਅਸੀਂ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਹਾਂ। ਇਜ਼ਹਾਰ ਆਲਮ ਤੁਹਾਡੇ ਨਾਲ ਗੱਲ? ਹਾਂਜੀ ਹਾਂ ਬਿਲਕੁਲ, ਮੈਂ ਇਕੱਲਾ ਨਹੀਂ ਹੈਗਾ 'ਚ, ਮੈਂ 50 ਬੰਦੇ ਗਵਾਉਣੇ 'ਚ ਇਕੱਲਾ ਨਹੀਂ ਮੈਂ ਹੈ। ਕਹਿੰਦੇ ਵੀ ਜੇ ਤੁਸੀਂ ਮੁੱਖ ਧਾਰਾ 'ਚ ਆ ਜਾਓ ਅਤੇ ਤੁਹਾਨੂੰ ਛੱਡ ਦਿੱਤਾ ਜਾਊਗਾ। ਵੀ ਅਡਵਾਨੀ ਉਦੋਂ ਗ੍ਰਹਿ ਮੰਤਰੀ ਸੀ, ਬਾਦਲ ਨੇ ਭੇਜੇ ਸੀ। ਹਾਂਜੀ ਹਾਂਜੀ ਬਿਲਕੁਲ, ਸਰਕਾਰ ਸੀ ਇਹਨਾਂ ਦੀ ਤਾਂ, ਤੁਸੀਂ ਸਾਂਝੀ ਸਰਕਾਰ ਸੀ, ਵਿਚੋਲੀਏ ਸੀਗੇ ਵਿੱਚ, ਕੁਛ ਉਹ ਵੀ ਮਾਰ ਦਿੱਤੇ ਗਏ, ਕੁਛ ਮੈਂ ਤੁਹਾਨੂੰ ਦੱਸਾਂ, ਉਹ ਵੀ ਵਿੱਚ ਵਿਚੋਲੇ ਸੀਗੇ, ਪਟਿਆਲੇ ਦੇ ਸੀਗਾ ਬੰਦਾ, RSS ਦਾ ਸੀਗਾ, ਮਾਰ ਦਿੱਤਾ ਗਿਆ, ਉਹ ਵਿਚੋਲਾ ਸੀਗਾ ਵਿੱਚ। ਇਹ ਜਾ ਕੇ ਇਸ ਤਰ੍ਹਾਂ ਸਾਡੀ ਲੈਣ ਲੱਗੀ ਹੈ। 6 ਬੈਰਕ ਦੇ ਅਗਲੇ ਹਫ਼ਤੇ ਦੇ ਵਿੱਚ ਅਸੀਂ ਖੜ੍ਹੇ ਹਾਂ। ਇਹਨਾਂ ਨੇ ਆ ਕੇ ਇਹਨੇ ਪੁੱਛਿਆ, ਸਭ ਤੋਂ ਪਹਿਲਾਂ ਸਾਡੇ 'ਚ ਇੱਕ ਬੰਦਾ ਸੀਗਾ ਸਿੰਘ ਸਾਡਾ, ਉਹਨੂੰ ਪੁੱਛਦੇ ਵੀ ਉਹਨੇ ਪਰਨਾ ਜਿਹਾ ਵਧਾ, ਉਹਨੂੰ ਕਹਿੰਦੇ ਵੀ ਤੁਸੀਂ ਜੇ ਮਤਲਬ ਤੁਸੀਂ ਮੁੱਖ ਧਾਰਾ 'ਚ ਆ ਜਾਓ, ਅਤੇ ਉਹਨੇ ਕਿਹਾ ਵੀ ਮੈਂ ਤੁਹਾਡੇ ਨਾਲ ਗੱਲ ਕਰ ਸਕਦਾ? ਉਹ ਕਹਿੰਦਾ ਹਾਂ ਕਰ। ਇਜ਼ਹਾਰ ਆਲਮ ਕਹਿੰਦਾ ਕਰੋ। ਉਹ ਕਹਿੰਦਾ ਵੀ ਜੇ ਤੁਹਾਡੀ ਕੁੜੀ ਨਾਲ ਰੇਪ ਹੋ ਜਾਵੇ ਕੀ ਕਰੋਗੇ? ਸਿੱਧਾ ਸਵਾਲ ਸੀ, ਸਪਸ਼ਟ। ਉਹ ਕਹਿੰਦਾ ਜੋ ਮੇਰੇ ਤੋਂ ਹੋਇਆ ਮੈਂ ਉਹ ਕਰੂੰਗਾ। ਇਜ਼ਹਾਰ ਆਲਮ ਦੇ ਇਹ ਜ਼ਬਾਨ ਸੀ ਵੀ ਜੋ ਮੇਰੇ ਤੋਂ ਹੋਇਆ ਮੈਂ ਕਰੂੰਗਾ। ਉਹ ਕਹਿੰਦੇ ਸਾਡੇ ਤੋਂ ਫਿਰ ਅਜੇ ਹੋਇਆ ਨਹੀਂ ਜੋ ਅਸੀਂ ਕਰਨਾ ਚਾਹੁੰਦੇ ਹਾਂ, ਜੋ ਸਾਡੇ ਨਾਲ ਹੋਇਆ ਆ ਅਜੇ ਉਹ ਅਸੀਂ ਕਰ ਨਹੀਂ ਸਕੇ। ਸੋ ਸਾਡੇ ਲਈ ਕੋਈ ਦੂਜੀ ਧਾਰਾ ਅਤੇ ਕੋਈ ਤੀਜੀ ਧਾਰਾ ਹੈ ਨਹੀਂ। ਉਹ ਇੰਨੀ ਗੱਲ ਕਹੀ ਅਤੇ ਉਹ ਅੱਗੇ ਚਲੇ ਗਿਆ। ਉਸ ਤੋਂ ਬਾਅਦ ਉਹਨੇ ਗੱਲ ਕੀਤੀ 3 ਸਟੈਪ ਪੱਟ ਕੇ ਭਾਈ ਦਲਜੀਤ ਸਿੰਘ ਨਾਲ। ਭਾਈ ਦਲਜੀਤ ਸਿੰਘ ਨੂੰ ਕਹਿੰਦੇ ਵੀ ਤੁਸੀਂ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਹੋ? ਅਤੇ ਉਹ ਕਹਿੰਦੇ ਵੀ ਅਸੀਂ ਤਾਂ ਆਊਟ ਧਾਰਾ 'ਚ ਗਏ ਹੀ ਨਹੀਂ, ਅਸੀਂ ਮੁੱਖ ਧਾਰਾ 'ਚ ਹੀ ਹਾਂ, ਸੋ ਅਸੀਂ ਧਾਰਾ ਤਾਂ ਛੱਡਾਂਗੇ ਜੇ ਸਾਡੇ ਲਈ ਇਹ ਧਾਰਾ ਮਾੜੀ ਹੋਊਗੀ। ਬਿਲਕੁਲ। ਚਲੋ ਇੰਨੀ ਗੱਲ ਕਿ ਅੱਗੇ ਉਹ ਸੀਗੇ ਮਨਜਿੰਦਰ ਸਿੰਘ ਸੀ, ਉਹਨਾਂ ਨੂੰ ਪੁੱਛਦਾ, ਉਹ ਕਹਿੰਦੇ ਨੇ ਵੀ ਜੋ ਦਲਜੀਤ ਸਿੰਘ ਨੇ ਕਹਿਤਾ, ਮੈਂ ਸੀਗਾ ਅੱਗੇ, ਇਸ ਤਰ੍ਹਾਂ ਸਾਰੇ ਸੀਗੇ, ਵੀ ਜੋ ਉਹਨੇ ਕਹਿਤਾ ਠੀਕ, ਉਹਦਾ ਫਿਰ ਜਵਾਬ ਸੀ ਅੱਗੋਂ। ਉਹ ਕਹਿੰਦਾ ਵੀ ਅੱਜ ਤੋਂ ਕਹਿੰਦਾ ਉਹਨੇ ਸਾਲ ਕਿੰਨੇ ਕਿਹਾ ਵੀ ਇੰਨੇ ਸਾਲ ਪਹਿਲਾਂ ਮੈਂ ਅੰਮ੍ਰਿਤਸਰ ਜੇਲ੍ਹ 'ਚ ਕੁਲਵੰਤ ਸਿੰਘ ਬੱਬਰ ਨੂੰ ਮਿਲਿਆ ਸੀ, ਅਤੇ ਸੇਮ ਗੱਲ ਉਹਨੇ ਕਹੀ ਸੀ, ਅਤੇ ਇਹਦਾ ਮਤਲਬ ਇਹ ਆ ਵੀ ਤੁਸੀਂ ਉੱਥੇ ਹੀ ਖੜ੍ਹੇ ਹੋ, ਅਤੇ ਅਸੀਂ ਫਤਿਹ ਬਿਲਾ ਕੇ ਹਾਂਜੀ ਉੱਥੇ ਹੀ ਖੜ੍ਹੇ। ਤੁਸੀਂ ਵੇਖੋ ਉਹ ਬੰਦੇ ਜਿਨ੍ਹਾਂ ਨੂੰ ਇਹਨਾਂ ਨੇ ਸਜ਼ਾ ਦੇਣੀ ਸੀ, ਉਹ ਬੰਦੇ ਸਾਡੇ ਕੋਲ ਇਹ ਲੈਟਰ ਲੈ ਕੇ ਪਹੁੰਚਣ ਦੀ ਜ਼ੁਰਤ ਕਰ ਰਹੇ ਨੇ ਵੀ ਤੁਸੀਂ ਇਹ ਕਹੋ ਵੀ ਅਸੀਂ ਜਿਹੜੀ ਮੂਵਮੈਂਟ ਲੜੀ ਸੀ ਗਲਤ ਲੜੀ, ਅਸੀਂ ਮੁੱਖ ਧਾਰਾ 'ਚ ਆਉਣਾ ਚਾਹੁੰਦੇ ਹਾਂ, ਇਹਨਾਂ ਨੂੰ ਲੱਗਾ ਵੀ ਅਸੀਂ ਪਰਮਿਟ ਵਾਲੇ ਹਾਂ ਵੀ ਪਰਮਿਟ ਲੈ ਲਾਂਗੇ, ਇੱਦਾਂ ਦੀ ਕਰ ਲਾਂਗੇ, ਜਿਹੜੇ ਕੁਛ ਲੈ ਗਏ ਫੈਡਰੇਸ਼ਨ ਵਾਲੇ, ਅੱਜੇ ਵੀ ਬੱਸਾਂ ਤੁਰੀਆਂ ਫਿਰਦੀਆਂ ਉਹਨਾਂ ਦੇ ਨਾਂ 'ਤੇ। ਸੋ ਇਹਨਾਂ ਲੋਕਾਂ ਨੇ ਸਾਨੂੰ ਇੱਕ ਹੋਰ ਮੌਤ, ਜੇ ਸਾਨੂੰ ਸਮਝਣਾ ਹੁੰਦੀ ਤਾਂ ਇੱਕ ਹੋਰ ਮੌਤ ਮਰਦੇ ਸੀ ਵੀ ਚੱਲ ਯਾਰ ਬਾਹਰ ਚੱਲਦੇ ਹਾਂ, ਕੋਈ ਗੱਲ ਨਹੀਂ, ਭਾਵੇਂ ਹੀ ਲਾੜੀ ਲਈਏ ਬਾਹਰ ਜਾ ਕੇ, ਵੀ ਇੱਕ ਵਾਰੀ ਜੇ ਉਹ ਚਿੱਠੀ 'ਤੇ ਸਾਈਨ ਕਰ ਦਿੰਦੇ ਤਾਂ ਉਹ ਬਦਾਵਾ ਹੋਣਾ ਸੀ ਪੰਥ ਨੂੰ, ਫਿਰ ਉੱਥੇ ਅਸੀਂ ਸਾਈਨ ਕਰਨੇ ਆਣ ਵੀ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਵੀ ਸਹੀ ਹੋਇਆ, ਅਸੀਂ ਉਹ ਗਲਤ ਲੜਾਈ ਲੜੀ ਦੇ ਵਿੱਚ ਹੈਗੀ ਸੀ ਗੱਲ, ਇਹ ਉਹ ਤੇ ਇਤਿਹਾਸ ਦਾ ਪੰਨਾ ਬਣ ਜਾਣੀ ਨਾ ਜਦੋਂ ਅਸੀਂ ਇਹ ਗੱਲ ਕਹਿੰਦੇ। ਬਿਲਕੁਲ। ਵੀ ਅਸੀਂ ਗਲਤ ਧਾਰਾ 'ਚ ਸੀ, ਅਤੇ ਜੇ ਅਸੀਂ ਗਲਤ ਧਾਰਾ 'ਚ ਸੀ ਤਾਂ ਫਿਰ ਅਕਾਲ ਤਖ਼ਤ 'ਤੇ ਹਮਲਾ ਸਹੀ ਹੋਇਆ, ਅਸੀਂ ਤਾਂ ਲੜੇ ਨਾ ਵੀ ਉਹ ਗਲਤ ਹੋਇਆ, ਅਤੇ ਫਿਰ ਜੇ ਅਸੀਂ ਉਹ ਧਾਰਾ ਛੱਡਦੇ ਹਾਂ ਤਾਂ ਫਿਰ ਉਹ ਗੱਲ ਸਹੀ ਹੋ ਜਾਂਦੀ ਸੈਂਟਰ ਦੀ। ਤੁਸੀਂ ਸਾਨੂੰ RSS ਜਿਹੜੀ ਆ ਉਹ ਜਿਹਨੂੰ ਉਹ ਬੜਾ ਵੱਡਾ ਬਣਾ ਕੇ ਦੱਸਦੇ ਨੇ, ਸਾਵਰਕਰ ਕਿਹੜਾ ਸੀਗਾ ਜਿਹੜਾ, ਉੱਥੇ ਨਹੀਂ ਉਹਦਾ ਹੋਰ ਨਾਂ ਆ ਕੋਈ, ਸੋਰੀ ਮੈਂ ਭੁੱਲ ਗਿਆ,
ਸਾਨੂੰ ਉੱਥੇ ਲਿਆਉਣਾ ਚਾਹੁੰਦੇ ਨੇ ਵੀ ਮਾਫ਼ੀ ਮੰਗੋ ਅਤੇ ਆ ਜਾਓ। ਉਹੀ ਗੱਲ ਉਹਨਾਂ ਨੇ ਫਿਰ ਕਿੰਨੇ ਸਾਲਾਂ ਬਾਅਦ ਭਾਈ ਬਲਵੰਤ ਸਿੰਘ ਨੂੰ ਕਿੱਥੋਂ ਕਿੱਥੇ ਚਲੇ ਗਏ ਨੇ, ਜੇਲ੍ਹ 'ਚੋਂ ਪਾਰਲੀਮੈਂਟ ਤੱਕ, ਇੰਨਾ ਅੱਗੇ ਵੱਧ ਗਏ ਨੇ, ਪਾਰਲੀਮੈਂਟ 'ਚ ਖੜ੍ਹ ਕੇ ਉਹਨਾਂ ਨੇ ਕਿਹਾ ਵੀ ਤੁਸੀਂ ਮਾਫ਼ੀ ਮੰਗੋ। ਅਤੇ ਇੱਕ ਪਾਸੇ ਉਹਨਾਂ ਦਾ ਪ੍ਰਧਾਨ ਮੰਤਰੀ ਕਹਿੰਦਾ ਵੀ ਸਿੱਖਾਂ ਨਾਲ ਜ਼ੁਲਮ ਹੋਇਆ, ਦੂਜੇ ਪਾਸੇ ਕਹਿ ਰਹੇ ਕਾਂਗਰਸ ਦਾ ਗਲਤ ਫੈਸਲਾ ਸੀਗਾ। ਜੇ ਉਹ ਗਲਤ ਫੈਸਲਾ ਸੀ ਤੇ ਫਿਰ ਬਲਵੰਤ ਸਿੰਘ ਸਹੀ ਆ, ਤੇ ਫਿਰ ਬਲਵੰਤ ਸਿੰਘ ਮਾਫ਼ੀ ਕਿਉਂ ਮੰਗੇ? ਬਲਵੰਤ ਸਿੰਘ ਨੇ ਪੂਰੀ ਆਪਣੀ ਕੌਮ ਦੇ ਵੱਲੋਂ ਇੰਨਾ ਗੱਡ ਕੇ ਜਵਾਬ ਦਿੱਤਾ ਜਿਹੜਾ ਹੋਣਾ ਹੀ ਚਾਹੀਦਾ ਸੀ ਕਿਸੇ ਸਿੱਖ ਦਾ। ਮੈਂ ਆਖਰੀ ਸਵਾਲ ਤੇ ਆਉਣਾ, ਤੁਹਾਡੀ ਆਮਦਨ ਨੂੰ ਵੀ ਲੈ ਕੇ ਸਵਾਲ ਉੱਠਦੇ ਨੇ ਕਿ ਸੋਰਸ ਕੀ ਆਮਦਨ ਦਾ, ਕਿਵੇਂ ਚੱਲਦਾ ਪਰਿਵਾਰ ਦਾ ਸਾਰਾ ਖਰਚਾ ਕਾਰੋਬਾਰ ਕਿਵੇਂ ਚੱਲਦਾ? ਕਿਸੇ ਜਿਹੜਾ ਕੋਈ ਬੰਦਾ ਕਿਸੇ ਮੂਮੈਂਟ 'ਚੋਂ ਲੰਘ ਕੇ ਆਉਂਦਾ ਨਾ ਜੀ, ਉਹਦੇ ਇਨਕਮ ਸੋਰਸ ਜਿਹੜੇ ਨੇ, ਮੈਂ ਜਦੋਂ 2005 'ਚ ਰਿਹਾ ਹੋਇਆ ਜੀ ਅਤੇ ਮੈਂ ਆ ਕੇ ਇੱਥੇ ਇੱਕ ਫਾਸਟ ਫੂਡ ਦਾ ਕੰਮ ਕੀਤਾ ਸੀ, ਉਹਦਾ ਨਾਂ ਅੰਗਰੇਜ਼ੀ 'ਚ ਫਾਸਟ ਫੂਡ ਪਰ ਤੁਸੀਂ ਕਹਿ ਲਓ ਵੀ ਆ ਗੋਲ ਗੱਪੇ ਟਿੱਕੀਆਂ, ਇੱਦਾਂ ਦਾ ਮੈਂ ਕੰਮ ਕਰ ਲਿਆ। ਅਤੇ ਉਹ ਇੱਕ ਪੁਲਿਸ ਵਾਲਾ ਨਿਕਲਿਆ, ਦੂਜਾ ਆ ਗਿਆ, ਦੂਜਾ ਨਿਕਲਿਆ, ਤੀਜਾ ਆ ਗਿਆ ਵੀ ਕੀ ਕਰਦਾ ਕਿਵੇਂ ਕਰਦਾ, ਲਿਖ ਕੇ ਲੈ ਗਿਆ ਫਲਾਣਾ ਮੁੰਡਾ ਕੰਮ ਕਰਦਾ, ਦੂਜਾ ਕਰਦਾ, 2-3 ਮਹੀਨਿਆਂ ਬਾਅਦ ਮੇਰੀ ਦੁਕਾਨ ਬੰਦ ਹੋ ਗਈ। ਮੈਨੂੰ ਕਿਸੇ ਨੇ ਸਲਾਹ ਕੀਤੀ ਵੀ ਤੁਸੀਂ STD ਖੋਲ੍ਹ ਲਓ ਨਾਲ, ਇੱਦਾਂ ਇੱਦਾਂ ਮੈਂ ਹੋਰ 3-4 ਕੰਮ ਰਲਾ ਕੇ ਮੈਂ ਇੱਕ ਦੁਕਾਨ ਹੋਰ ਕਰ ਲਈ, ਫਿਰ ਕਰ ਲਈ ਉਹ ਦੁਕਾਨ। ਉੱਥੇ ਵੀ ਜਿਹੜਾ ਕੋਈ ਨਾ ਕੋਈ ਆ ਕੇ ਬੈਠਾ, ਫਲਾਣਾ ਫੋਨ ਕਿਉਂ ਕਰਕੇ ਗਿਆ, ਦੂਜਾ ਐਸ ਕੌਲਾਂ ਬਾਹਰ ਕਿੰਨੀਆਂ ਹੋਈਆਂ ਨੇ, ਦੂਜੀਆਂ ਕਿੰਨੀਆਂ ਹੋਈਆਂ ਨੇ, ਰੋਜ਼ ਸਿਆਪਾ। ਆਪਣੇ ਜੋ ਅਸੀਂ ਕੀਤਾ ਸਾਨੂੰ ਪਤਾ ਨਾ ਵੀ ਉਸ ਹਿਸਾਬ ਨਾਲ ਇਹ ਜਮੇ ਛੋਟੀ ਗੱਲ ਸੀ ਜੋ ਪਹਿਲਾਂ ਹੋ ਗਿਆ ਪੰਥ ਦੇ ਵਿੱਚ। ਤਾਂ ਉਹਦੇ ਚ ਕੀ ਹੋਇਆ ਕਿ ਉਹ ਵੀ ਮੇਰਾ ਫੇਲ ਹੋ ਗਿਆ ਕੰਮ। ਉਸ ਤੋਂ ਬਾਅਦ ਮੈਂ ਟੈਕਸੀ ਪਾ ਲਈ, ਮੈਂ ਕਿਹਾ ਆਪਾਂ ਟੈਕਸੀ ਚਲਾਉਂਦੇ, ਟੈਕਸੀ ਚਲਾਈ, ਉਹ 'ਚ ਜਿਹੜੇ ਮੈਂ ਮਾੜੇ ਮੋਟੇ ਪੈਸੇ ਕਮਾਉਣੇ ਕਰਨੇ ਉਹ ਕਿਸ ਚਲੇ ਕਰਨੇ, ਉੱਤੋਂ ਕੀ ਹੋਣਾ ਕਿ ਅਸੀਂ ਬਰਾਤਾਂ ਚੁੱਕ ਕੇ ਲੈ ਜਾਣੀਆਂ, ਉੱਥੇ ਕਿਸੇ ਨੇ ਗਾਲ ਕੱਢ ਦੇਣੀ, ਕਿਸੇ ਨੇ ਕੁਛ ਕਰ ਦੇਣਾ ਸ਼ਰਾਬ ਪੀ ਕੇ, ਉਹ ਬੜੀ ਅਸਹਿ ਗੱਲ ਸੀਗੀ ਵੀ ਯਾਰ ਐਡੀ ਵੱਡੀ ਮੂਮੈਂਟ ਲੜ ਕੇ ਇੱਥੇ ਗਾਲਾਂ ਖਾਣ ਡਿਆ ਵੀ ਇਹ ਗੱਲ ਗਲਤ ਹੈ ਤਾਂ ਮਰ ਜਾਣਾ ਹੀ ਠੀਕ ਹੈ ਨਾ। ਸਮਾਂ ਚਲਾਈ ਟੈਕਸੀ ਲਗਭਗ ਸਾਲ ਸਾਲ ਹਾਂਜੀ ਹਾਂ, ਲੋਕਾਂ ਦੀਆਂ ਬਰਾਤਾਂ ਵਿੱਚ ਛੱਡ ਕੇ ਆ ਗਿਆ ਮੈਂ, ਲੜ ਲੁੜ ਕੇ ਆ ਜਾਣਾ ਕਰਨਾ, ਮਤਲਬ ਸੁਭਾਅ ਨਹੀਂ ਸੀ ਨਾ ਜੇ ਉਹ ਲਾਈਨ 'ਚ ਲੱਗਣ ਵਾਲਾ। ਅਤੇ ਉਸ ਤੋਂ ਬਾਅਦ 'ਚ ਸਰਸੇ ਵਾਲਾ ਕੰਮ ਹੋ ਗਿਆ ਜੀ, ਉਹ ਫਿਰ ਕਾਂਡ ਹੋ ਗਿਆ ਜੀ। ਉਸ ਤੋਂ ਬਾਅਦ ਮੈਂ ਇੱਥੋਂ ਚਲੇ ਗਿਆ। ਹੁਣ ਨਾ ਤਾਂ ਜਦੋਂ ਆਪਾਂ ਘਰ ਸੀਗੇ ਉਦੋਂ ਆਮਦਨ ਦੇ ਸੋਰਸ ਸੀਗੇ ਵੀ 10 ਕਿੱਲੇ ਪੈਲੀ ਸੀ, 9.5 ਕਿੱਲੇ ਘਰ, ਟਰੈਕਟਰ ਸੀ, ਮੋਟਰਸਾਈਕਲ ਸੀ, 2 ਅਸੀਂ ਭਰਾ ਸੀ, ਛੋਟੀ ਜਿਹੀ ਫੈਮਿਲੀ, ਸਾਡਾ ਵਧੀਆ ਕੰਮ ਕਾਜ ਸੀਗਾ। ਹੁਣ ਵਿਕ ਗਿਆ ਫਿਰ ਉਹ? ਕੁਛ ਨਹੀਂ ਹੈਗਾ ਜੀ, ਬਿਲਕੁਲ ਕੁਛ ਵੀ ਨਹੀਂ ਹੈਗਾ, ਮਤਲਬ ਕੁਛ ਤੋਂ ਭਾਵ ਕੁਛ ਨਹੀਂ ਹੈਗਾ। ਕੋਈ ਬੰਦਾ ਇਹ ਗੱਲ ਸਾਬਿਤ ਕਰਦੇ ਵੀ ਮੈਂ ਕੋਈ ਪ੍ਰੋਪਰਟੀ ਬਣਾਈ ਹੈ ਜਾਂ ਮੇਰੇ ਨਾਂ ਕੋਈ ਹੈਗੀ ਹੈ ਜਾਂ ਮੇਰੇ ਨਾਂ ਕੋਈ ਬੈਂਕ ਬੈਲੈਂਸ ਹੈ ਜਾਂ ਕੋਈ ਵੀ ਚੀਜ਼ ਮੇਰੇ ਘਰ ਵਾਲੀ ਦੇ ਨਾਂ, ਮੇਰੇ ਭਰਾ ਦੇ ਨਾਂ, ਮੇਰੇ ਨਾਂ ਕੁਛ ਵੀ, ਮੈਂ ਦੇਣਦਾਰ ਹੋਊਂਗਾ। ਚੁੱਕਦੇ ਲੋਕ ਸਵਾਲ? ਬੜੇ ਲੋਕ ਚੁੱਕਦੇ ਨੇ, ਤੁਹਾਡੇ ਕਮੈਂਟਾਂ ਥੱਲੇ ਬਹੁਤ ਕੁਛ ਕਰ ਦੇਣਗੇ, ਤੁਸੀਂ ਪੜ੍ਹ ਲਿਓ। ਹੁਣ ਕੀ ਆ ਕਿ ਉਹ ਇਹ ਪੁੱਛਦੇ ਨੇ ਲੋਕ ਵੀ ਨਾ ਇਹ ਕੰਮ ਕਰਦਾ ਕੋਈ, ਹੁਣ ਮੈਂ ਮੇਰਾ ਕੰਮ ਹੋਣਾ ਕੀ ਚਾਹੀਦਾ ਅਸਲ 'ਚ, ਕਿ ਇੱਕ ਬੰਦਾ ਜਿਹੜਾ ਸਾਡੇ ਇਸ ਮੂਮੈਂਟ 'ਚ ਰਿਹਾ ਖਾੜਕੂ ਬੰਦਾ ਆ, ਕਿ ਉਹਨੂੰ ਦਿਹਾੜੀ ਕਰਨੀ ਚਾਹੀਦੀ ਆ? ਉਹ ਕਰ ਸਕਦਾ ਦਿਹਾੜੀ ਭਲਾ? ਜਿਹੜੇ ਬੰਦੇ ਨੇ ਵੱਡੇ ਵੱਡੇ ਪੁਲਿਸ ਅਧਿਕਾਰੀਆਂ 'ਤੇ ਜਾਂ ਟੌਟਾਂ 'ਤੇ ਜਾਂ ਕਿਸੇ ਵੱਡੇ ਸਰਸੇ ਵਾਲੇ ਵਰਗੇ ਬੰਦੇ ਦੇ ਉੱਤੇ
ਅਟੈਕ ਕੀਤਾ ਹੋਏ, ਭਲਾ ਉਹ ਕਿਸੇ ਦੀ ਦਿਹਾੜੀ ਕਿਵੇਂ ਕਰ ਸਕਦਾ? ਲੱਗਦਾ ਲੋਕਾਂ ਨੂੰ ਵੀ ਮੈਂ ਕਰ ਲਊਂਗਾ ਦਿਹਾੜੀ, ਮੈਂ ਕਰ ਨਹੀਂ ਸਕਦਾ, ਇਹ ਨਹੀਂ ਵੀ ਮੈਨੂੰ ਕਰਨੀ ਨਹੀਂ ਚਾਹੀਦੀ, ਮੈਂ ਕਰ ਨਹੀਂ ਸਕਦਾ, ਇਹ ਮੇਰੀ ਮਜਬੂਰੀ ਆ। ਹੁਣ ਅਗਲੀ ਗੱਲ ਇਹ ਆ ਗਈ ਵੀ ਉਹ ਕਹਿੰਦੇ ਵੀ ਜੇ ਤੂੰ ਫਿਰ ਕੰਮ ਨਹੀਂ ਕਰਦਾ ਤੇ ਤੇਰਾ ਘਰ ਕਿਵੇਂ ਚੱਲੇ? ਲੋਕੀ ਫਿਰ ਉਂਗਲ ਕਰਦੇ ਸਰਕਾਰ ਨੂੰ ਵੀ ਸ਼ਾਇਦ ਪੁਲਿਸ ਪੈਸੇ ਦਿੰਦੀ ਹੋਊਗੀ ਜਾਂ ਸਰਕਾਰ ਐਂ। ਲੋਕੀ ਇਹ ਨਹੀਂ ਸੋਚਦੇ ਵੀ ਸਾਡੇ ਪਿੱਛੇ ਇੱਕ ਪੰਥ ਖੜਾ ਆ, ਸਾਡੇ ਪਿੱਛੇ ਬਹੁਤ ਵੱਡੀ ਤਾਕਤ ਆ, ਜਿਹੜੇ ਸਾਡੇ ਬੰਦੇ ਬਾਹਰ ਰਹਿੰਦੇ ਨੇ ਉਹ ਸਾਡਾ ਖਿਆਲ ਰੱਖਦੇ ਨੇ, ਸਾਨੂੰ ਉਹ ਪੈਸੇ ਦਿੰਦੇ ਨੇ। ਇਹ 'ਚ ਮੈਂ ਬਿਲਕੁਲ ਨਹੀਂ ਮੁੱਕਰਦਾ, ਔਨ ਰਿਕਾਰਡ ਹੀ ਗੱਲ ਕਹਾਂਗਾ ਕਿ ਉਹ ਇਹ ਨਹੀਂ ਹੈ ਵੀ ਸਾਰੇ ਪੰਥ ਤੋਂ ਪੈਸੇ ਵੀ ਫਲਾਣੇ ਵੀ ਦੇ ਦੂਜਾ, ਐਂ ਨਹੀਂ ਹੈ। ਕੁਛ ਸਾਡੇ ਸੱਜਣ ਮਿੱਤਰ ਨੇ ਜਿਹੜੇ ਇਹ ਗੱਲ ਆਪਾਂ ਨੂੰ ਉਹ ਕਹਿੰਦੇ ਨੇ ਵੀ ਤੂੰ ਪੰਥ ਦੇ ਵਿੱਚ ਵਿਚਰਨਾ ਆ, ਇਹ ਤੇਰੀ ਜ਼ਿੰਮੇਵਾਰੀ ਆ, ਤੇਰਾ ਇਹ ਜ਼ਿੰਮੇਵਾਰੀ ਨਹੀਂ ਵੀ ਤੂੰ ਲੋਕਾਂ ਦੀ ਤੂੜੀ ਢੋਏ, ਤੇਰੀ ਜ਼ਿੰਮੇਵਾਰੀ ਇਹ ਆ ਕਿ ਕੋਈ ਵੀ ਪੰਥ ਜੀ ਗੱਡ ਕੇ ਗੱਲ ਕਰੋ ਆਪਣੇ ਪੰਥ, ਜਿਹੜੀ ਹੁਣ ਅੱਜ ਚੱਲ ਰਹੀ ਹੈ ਅਸੀਂ ਉੱਥੇ ਹੀ ਕਰਾਂਗੇ ਨਾ। ਹੁਣ ਜੇ ਲੜਾਈ ਲੱਗੂਗੀ ਤਾਂ ਫਿਰ ਅਸੀਂ ਹੋ ਸਕਦਾ ਸ਼ਾਮਿਲ ਹੋ ਜਾਈਏ ਜਾਂ ਉਹ ਅਗਲੀ ਗੱਲ, ਪਰ ਅੱਜ ਗੱਲ ਵਿਚਾਰਾਂ ਦੀ ਚੱਲ ਰਹੀ ਤਾਂ ਅਸੀਂ ਆਪਣੇ ਵਿਚਾਰ ਕਿਉਂ ਨਾ ਦਈਏ, ਵਿਚਾਰਾਂ ਦੀ ਗੱਲ ਹੈ ਨਾ ਜੀ। ਇੱਥੇ ਉਹ ਫਿਰ ਆਪਣੀ ਗੱਡੀ ਦੀ ਕਿਸ਼ਤ ਵੀ ਭਰਦੇ ਨੇ ਅਤੇ ਮੇਰੇ ਘਰ ਦਾ ਕਿਰਾਇਆ ਵੀ ਦਿੰਦੇ ਨੇ, ਉਹ ਦਿੰਦੇ ਨੇ, ਠੀਕ ਹੈ ਜੀ। ਉਸ ਤੋਂ ਇਲਾਵਾ ਮੇਰੇ ਕੋਈ ਖਰਚੇ ਹੀ ਹੈ ਨਹੀਂ, ਕੋਈ ਮੇਰੇ ਖਰਚੇ ਨਹੀਂ, ਮੇਰੇ ਕੋਲ ਵੈਲ ਨਹੀਂ, ਕੋਈ ਕੁਛ ਨਹੀਂ, ਰੋਟੀ ਪਾਣੀ ਘਰ ਜਾਂ ਜਿੱਥੇ ਵੀ ਜਾਣਾ ਲਗਭਗ ਗੁਰੂ ਦੇ ਲੰਗਰ ਹੀ ਹੁੰਦੇ ਨੇ, ਹੈ ਨਾ। ਸੋ ਐਸ਼ੋ ਇਸ਼ਰਤ ਵਾਲੀ ਗੱਲ ਹੈ ਨਹੀਂ, ਅਤੇ ਮੇਰੇ ਕੋਲ 13 ਕੁ ਲੱਖ ਦੀ ਗੱਡੀ ਆ ਅਤੇ ਜਿਹਦੇ ਲਈ ਲਗਭਗ 13 ਲੱਖ ਤੁਸੀਂ ਕਹਿਤਾ, ਹੁਣ ਲੋਕ ਪੁੱਛਣਗੇ ਮੈਂ ਦੱਸ ਦੇਣਾ ਜੀ, ਮੈਂ ਦੱਸ ਦੇਣਾ ਮੇਰੇ ਕੋਲ ਉਹਦੇ ਕਾਗਜ਼ ਨੇ ਅਤੇ ਜਿਹਦੇ ਵਿੱਚੋਂ 9 ਲੱਖ ਅਤੇ 42,000 ਰੁਪਇਆ ਲੋਨ ਲਿਆ ਸੀ ਮੈਂ, ਠੀਕ ਹੈ ਜੀ। 9,42,000 ਉਤਲੇ ਪੈਸੇ, ਮੇਰੇ ਕੋਲ ਪਹਿਲਾਂ ਵੀ ਗੱਡੀ ਸੀ, ਉਦੋਂ ਪਹਿਲਾਂ ਵੀ ਸੀ, ਜਦੋਂ ਤੋਂ ਕੁਇਲ ਸ਼ੁਰੂ ਕੀਤੀ ਹੈ ਮੈਂ ਗੱਡੀ, ਉਹ ਇੱਕ ਵੇਚਤੀ ਦੂਜੀ ਲੈ ਲਈ, ਦੂਜੀ ਲੈਂਦਾ ਅਤੇ ਲੋਨ ਵੀ ਐਂ ਹੁੰਦਾ ਰਿਹਾ ਬੈਂਕ ਤੋਂ, ਹੈ ਨਾ ਜੀ। ਲੋਨ 'ਤੇ ਆ, ਫੋਨ ਵੀ ਲੋਨ 'ਤੇ ਆ ਜੀ, 4,000 ਕਿਸ਼ਤ ਆ, ਬਹੁਤ ਮਹਿੰਗਾ ਮੇਰੇ ਕੋਲ ਫੋਨ। ਅਗਲਾ ਵੇਖ ਕੇ ਮੈਂ ਲੋਕਾਂ ਨੂੰ ਕਹਿਣਾ ਵੀ ਮੇਰਾ ਫੋਨ ਇੰਨੇ ਦਾ, ਅਗਲਾ ਵੀ ਇੰਨਾ ਮਹਿੰਗੇ ਫੋਨ ਲਈ ਫਿਰਦੇ, ਮੈਂ ਗੱਡੀ ਕਿੱਥੋਂ ਪੈਸੇ ਆਉਂਦੇ ਨੇ? ਮੈਂ ਕਹਿੰਦਾ ਤੁਹਾਡੇ ਕੈਮਰੇ 'ਤੇ ਵੀ ਪੰਥ ਜਿਉਂਦਾ ਆ, ਗੁਰਾਂ ਦੇ ਨਾਂ 'ਤੇ ਸਾਰਾ ਕੁਛ ਹੈਗਾ ਆ, ਅਤੇ ਉਹ ਲੋਕ ਜਿਨ੍ਹਾਂ ਨੂੰ ਇਹ ਪਤਾ ਆ ਵੀ ਅਸੀਂ ਕੌਣ ਆ, ਉਹ ਸਾਡੇ ਨਾਲ ਖੜ੍ਹੇ ਨੇ ਅਤੇ ਖੜ੍ਹੇ ਹੀ ਰਹਿਣਗੇ ਜੀ। ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਨੂੰ ਸਮਾਂ ਦਿੱਤਾ, ਬਹੁਤ ਕੀਮਤੀ ਗੱਲਾਂ ਦੱਸੀਆਂ। ਇਹ ਸਨ ਬਾਬਾ ਬਖਸ਼ੀਸ਼ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਕਈ ਅਹਿਮ ਗੱਲਾਂ ਦੱਸੀਆਂ ਨੇ। ਉਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨੂੰ ਤਸੀਹੇ ਦਿੱਤੇ ਗਏ ਪੁਲਿਸ ਨੇ, ਪਰਿਵਾਰ ਦੇ 3 ਜੀਵ ਇਹਨਾਂ ਨੇ ਉਸ ਦੌਰ ਦੇ ਵਿੱਚ ਗਵਾਏ ਨੇ, ਅਤੇ ਕਾਫੀ ਕਈ ਅਹਿਮ ਗੱਲਾਂ ਇਹਨਾਂ ਨੇ ਦਿੱਤੀਆਂ ਨੇ। ਸਵਾਲ ਵੀ ਖੜ੍ਹੇ ਕੀਤੇ ਨੇ, ਜਿਹੜੇ ਲੋਕ ਇਹਨਾਂ 'ਤੇ ਸਵਾਲ ਚੁੱਕਦੇ ਨੇ ਕਿ ਇਹਨਾਂ ਦਾ ਖਰਚਾ ਕਿਵੇਂ ਚੱਲਦਾ ਹੈ, ਉਹ ਇਕੱਲੀ ਇਕੱਲੀ ਗੱਲ ਇਸ ਇੰਟਰਵਿਊ ਦੇ ਵਿੱਚ ਸੁਣ ਲੈਣ, ਉਹਨਾਂ ਦਾ ਵੀ ਇਹਨਾਂ ਨੇ ਪੂਰੀ ਬਰੀਕੀ ਦੇ ਨਾਲ ਜਵਾਬ ਦਿੱਤਾ ਹੈ। ਸਾਥੀ ਕਮਲ ਦੇ ਨਾਲ ਕੁਲਦੀਪ ਸਿੰਘ ਪੋੜੇ, ਰੋਜ਼ਾਨਾ ਸਪੋਕਸਮੈਨ, TV ਪਟਿਆਲਾ।